ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪੀਬੀਸੀ ਤੇ ਮੈਂ ਸੰਦੀਪ ਸਿੰਘ ਪ੍ਰੋਗਰਾਮ ਅੱਜ ਦਾ ਵਿਚਾਰ ਲੈ ਕੇ ਤੁਹਾਡੀ ਕਚਾਰੀ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਹਾਜ਼ਰ ਹਾਂ ਜੀ ਇਨਸਾਨੀਅਤ ਦੀ ਆਪਾਂ ਗੱਲ ਕਰੀਏ ਇਨਸਾਨੀਅਤ ਇਦਾਂ ਸ਼ਰਮਸਾਰ ਹੋ ਚੁੱਕੀ ਆ ਐਨਾ ਇਨਸਾਨੀਅਤ ਦਾ ਬਿੜਾ ਗਰਕ ਹੋ ਚੁੱਕਿਆ ਦੁਨੀਆ ਦੇ ਵਿੱਚ ਕਿ ਸ਼ਬਰਾਂ ਖਬਰਾਂ ਜਦੋਂ ਪੜ੍ਹਦੇ ਆ ਸੁਣਦੇ ਆ ਦੇਖਦੇ ਆ ਤੇ ਸ਼ਰਮ ਆਉਂਦੀ ਹੈ ਇੱਕ ਸ਼ਰਮਸਾਰ ਖਬਰਾਂ ਦੇਖਣ ਨੂੰ ਰੋਜ਼ ਨਿਤ ਕੋਈ ਨਾ ਕੋਈ ਮਿਲਦੀਆਂ ਨੇ ਮਾਨਸਾਨੀਅਤ ਦੇ ਵਿੱਚ ਆਪਾਂ ਜਿੱਥੇ ਪੰਜਾਬੀ ਇੱਕ ਦੂਜੇ ਦੀ ਮਦਦ ਕਰਨ ਦੇ ਵਿੱਚ ਬਹੁਤ ਅੱਗੇ ਮੰਨੇ ਜਾਂਦੇ ਹਨ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਜਾਣਿਆ ਜਾਂਦਾ ਕਿ ਕਿਤੇ ਵੀ ਵਿਫਤਾ ਪੈਂਦੀ ਆ ਤੇ ਪੰਜਾਬੀ ਸਭ ਤੋਂ ਪਹਿਲਾਂ ਉੱਥੇ ਪਹੁੰਚਦੇ ਨੇ ਤੇ ਉੱਥੇ ਦੁੱਖ ਤਕਲੀਫ ਵਿੱਚ ਲੋਕਾਂ ਦੇ ਦੁੱਖ ਦਾ ਸਹਾਰਾ ਬਣਦੇ ਨੇ ਦੁੱਖ ਵਿੱਚ ਸਹਾਰਾ ਬਣਦੇ ਨੇ ਪਰ ਜਦੋਂ ਗੱਲ ਆਪਣੇ ਪਰਿਵਾਰ ਦੇ ਉੱਤੇ ਆ ਜਾਵੇ ਇੱਕ ਮਾਂ ਦੇ ਜੰਮੇ ਇੱਕ ਪੇ ਦੇ ਪੈਦਾ ਕੀਤੇ ਹੋਏ ਭੈਣ ਭਰਾ ਹੀ ਆਪਸ ਵਿੱਚ ਲੜ ਪੈਣ ਤੇ ਲੜ ਵੀ ਪੈਣ ਕਿੱਥੇ ਜਿੱਥੇ ਤੁਸੀਂ ਸੋਚ ਵੀ ਨਹੀਂ ਸਕਦੇ ਕਿਉਂਕਿ ਮਾਂ ਪੇ ਹਮੇਸ਼ਾ ਜਦੋਂ ਬੱਚੇ ਪੈਦਾ ਕਰਦਾ ਤਾਂ ਉਹ ਇੱਕ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਨੂੰ ਵਧੀਆ ਪਰਵਰਿਸ਼ ਕਰਕੇ ਇਹਨਾਂ ਨੂੰ ਵਧੀਆ ਸਕੂਲ ਦੇ ਵਿੱਚ ਪੜਾਇਆ ਜਾਵੇ ਇਹਨਾਂ ਦੀ ਇਦਾਂ ਦੀ ਪਰਵਰਿਸ਼ ਕੀਤੀ ਜਾਵੇ ਕਿ ਇਹਨਾਂ ਦੇ ਵਿੱਚ ਇਦਾਂ ਦੇ ਗੁਣ ਪੈਦਾ ਕੀਤੇ ਜਾਣ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਾਨੂੰ ਇਹਨਾਂ ਦੇ ਸਹਾਰੇ ਦੀ ਲੋੜ ਪਵੇ ਤਾਂ ਇੱਕ ਖੂੰਡੀ ਦੀ ਤਰ੍ਹਾਂ ਜਦੋਂ ਬੁਢਾਪੇ ਦੇ ਵਿੱਚ ਬਜ਼ੁਰਗਾਂ ਨੂੰ ਖੂੰਡੀ ਦਾ ਸਹਾਰਾ ਹੁੰਦਾ ਨਾ ਕਿ ਉੱਠਣ ਵੇਲੇ ਜਦੋਂ ਸਮਰੱਥਾ ਨਹੀਂ ਰਹਿੰਦੀ ਉਦੋਂ ਇੱਕ ਮੁੰਡਾ ਚਾਹੀਦਾ ਹੁੰਦਾ ਤੇ ਉਦੋਂ ਇਹ ਮੁੰਡੇ ਦੀ ਥਾਂ ਤੇ ਸਾਡੇ ਧੀਆਂ ਪੁੱਤਰ ਸਾਡਾ ਸਾਥ ਦੇਣ। ਉਹਨਾਂ ਆਸਾਂ ਨੂੰ ਲੈ ਕੇ ਮਾਪੇ ਆਪਣੇ ਬੱਚੇ ਨੂੰ ਪਾਲਦੇ ਨੇ, ਪੋਲੋਸਦੇ ਨੇ, ਇੱਥੇ ਇਸ ਲੈਵਲ ਤੱਕ ਖੜਾ ਕਰ ਦਿੰਦੇ ਨੇ ਕਿ ਉਹ ਆਪਣੇ ਪੈਰਾਂ ਉੱਤੇ ਆਪਣਾ ਭਾਰ ਚੱਕਣ ਦੇ ਸਮਰੱਥ ਬਣ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਬੜਾਪੇ ਦੇ ਵਿੱਚ ਮਾਪੇ ਇਸ ਉਮੀਦ ਤੇ ਆਸ ਦੇ ਵਿੱਚ ਇੱਕ ਆਸ ਲਾ ਕੇ ਬੈਠੇ ਹੁੰਦੇ ਨੇ ਕਿ ਆਉਣ ਵਾਲਾ ਸਮਾਂ ਸਾਡਾ ਸਾਡੇ ਧੀਆਂ ਪੁੱਤਰਾਂ ਦੇ ਸਹਾਰੇ ਤੇ ਨਿਕਲੇਗਾ ਪਰ ਤਿਆਂ ਪੁੱਤਰ ਇਸ ਆਸ ਤੇ ਲਾ ਕੇ ਬੈਠੇ ਹੁੰਦੇ ਨੇ ਕਿ ਸਾਡੇ ਮਾਪੇ ਕਦੋਂ ਇਸ ਦੁਨੀਆ ਤੋਂ ਜਾਣ ਤੇ ਅਸੀਂ ਜਿਹੜੀ ਉਹਨਾਂ ਦੀ ਜ਼ਮੀਨ ਜਾਇਦਾਦ ਆ ਉਹਨਾਂ ਨੂੰ ਆਪਸ ਵਿੱਚ ਕਿੱਦਾਂ ਵੰਡਣਾ ਆ ਹੁਣ ਤੁਸੀਂ ਗੱਲ ਕਰ ਲਓ ਮਾਪੇ ਨੂੰ ਲੈ ਕੇ ਦੋ ਭਰਾ ਤਿੰਨ ਭਰਾ ਚਾਰ ਭਰਾ ਆਪਸ ਵਿੱਚ ਇੱਕ ਦੂਜੇ ਦੀ ਬੰਦੀ ਨਹੀਂ ਜ਼ਮੀਨ ਨੂੰ ਲੈ ਕੇ ਇਹੋ ਜਿਹਾ ਦਿਲਾਂ ਦੇ ਵਿੱਚ ਇੱਕ ਵਹਿਮ ਪੈ ਚੁੱਕਿਆ ਕਿ ਅਸੀਂ ਵੱਖਰੇ ਰਹਨੇ ਆ ਜਿਸ ਦੇ ਨਾਲ ਸਾਡੇ ਮਾਪੇ ਰਹਿਣਗੇ ਉਹ ਜ਼ਮੀਨ ਕਿਤੇ ਦੱਬ ਨਾ ਲਵੇ ਉਹਦਾ ਹਿੱਸਾ ਕਿਤੇ ਹੜੱਪ ਨਾ ਲੈਣ ਕਿਉਂਕਿ ਜਿਸ ਹੁਣ ਕਿਉਂਕਿ ਇੱਕ ਆਮ ਇੱਕ ਸਾਡੇ ਵਿੱਚ ਇੱਕ ਨਿਜਮ ਜਿਹਾ ਬਣਾ ਦਿੱਤਾ ਗਿਆ ਕਿ ਮਾਪੇ ਜਿਸ ਦੇ ਨਾਲ ਰਹਿਣਗੇ ਜੇ ਮੰਨ ਲਓ ਇੱਕ ਐਗਜ਼ਾਮਪਲ ਦੇ ਤੌਰ ਤੇ ਤਿੰਨ ਭਰਾ ਜੇ ਨੇ ਦੋ ਭਰਾ ਨੇ ਦੋ ਭਰਾ ਤੁਸੀਂ ਲਾ ਲਓ ਜੇ ਚਾਰ ਕਿੱਲੇ ਜ਼ਮੀਨ ਆ ਤੇ ਚਾਰ ਕਿੱਲਿਆਂ ਨੂੰ ਅਸੀਂ ਦੋ ਦੇ ਵਿੱਚ ਨਹੀਂ ਡਿਵਾਈਡ ਕਰਨਾ ਤਿੰਨਾਂ ਦੇ ਵਿੱਚ ਡਿਵਾਈਡ ਕਰਨਾ ਇੱਕ ਹਿੱਸਾ ਮਾਪੇ ਦਾ ਵੀ ਰੱਖ ਲੈਣਾ ਮਾਪੇ ਦਾ ਹਿੱਸਾ ਜਦੋਂ ਰੱਖ ਲੈਣਾ ਕਹਣਾ ਇਹ ਮਾਪੇ ਜਿਸ ਦੇ ਨਾਲ ਰਹਿਣਗੇ ਜਿੰਨਾ ਚਿਰ ਉਹ ਉਹਨਾਂ ਦੀ ਸੇਵਾ ਕਰੂ ਉਸ ਤੋਂ ਬਾਅਦ ਜਦੋਂ ਉਹ ਦੁਨੀਆ ਤੋਂ ਚਲੇ ਜਾਣਗੇ ਉਹ ਜਿਹੜਾ ਹਿੱਸਾ ਆਟੋਮੈਟਿਕ ਆ ਉਸ ਉਸ ਆਪਣੇ ਪੁੱਤ ਦੇ ਉਹਦਾ ਹਿੱਸੇ ਜਿਹੜਾ ਉਹ ਆ ਜਾਣਾ ਪਰ ਘਟਨਾ ਵਾਪਰੀ ਇਕਪੂਰ ਥਲੇ ਸ਼ਹਿਰ ਦੇ ਕਪੂਰਥਲੇ ਡਿਸਟ੍ਰਿਕਟ ਦੇ ਵਿੱਚ ਪਿੰਡ ਦੇ ਕਹਿੰਦੇ ਹੁੰਦੇ ਨੇ ਨਾ ਜਦੋਂ ਕੋਈ ਇਹੋ ਜਿਹੀ ਘਟਨਾ ਵਾਪਰੀ ਵਾਪਰਦੀ ਆ ਤੇ ਘਰਾਂ ਦੇ ਵਿੱਚ ਜਦੋਂ ਲੜਾਈ ਵੀ ਕੋਈ ਹੁੰਦੀ ਆ ਤਾਂ ਕਹਿੰਦੇ ਕੰਮ ਸੇ ਕੰਮ ਸੇਵਾ ਦਾ ਠੰਡਾ ਹੁਲਣ ਦਿਓ ਯਾਰ ਜਿਹੜੀਆਂ ਆ ਲਾਂਬੂ ਲਾਏ ਆ ਇਹਨੂੰ ਤਾਂ ਠੰਡਾ ਹੁਲਣ ਦਿਓ ਉਸ ਤੋਂ ਬਾਅਦ ਇਹ ਜਿਹੜੀਆਂ ਗੱਲਾਂ ਘਰਾਂ ਦੇ ਵਿੱਚ ਵਾਪਰੀਆਂ ਨੇ ਉਸ ਤੋਂ ਬਾਅਦ ਇਹਨਾਂ ਇਹਨਾਂ ਗੱਲਾਂ ਉੱਤੇ ਵੈਹਸ ਵੀ ਹੋ ਜੂਗੀ ਵਿਚਾਰ ਬਟਾਰਾ ਫੁੱਲ ਤਾਂ ਆਪਾਂ ਚੁਗ ਲਈਏ ਘੱਟੋ ਘੱਟ ਪਰ ਜਿਹੜੀ ਘਟਨਾ ਖਪੂਰਥਲੇ ਡਿਸਟ੍ਰਿਕਟ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵਾਪਰੀ ਆ ਉਸ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਇਨਸਾਨੀਅਤ ਸ਼ਰਮਸਾਰ ਹੋ ਚੁੱਕੀ ਹੈ ਇਨਸਾਨੀਅਤ ਇਸ ਲੈਵਲ ਤੱਕ ਘਿਰ ਜਾਵੇਗੀ ਕਿਸੇ ਨੇ ਸੋਚਿਆ ਨਹੀਂ ਹੋਵੇਗਾ ਅਨੁਮਾਨ ਨਹੀਂ ਲਗਾਇਆ ਹੋਵੇਗਾ ਕਿ ਦੋ ਭਰਾ ਮਾਂ ਦਾ ਸਿਵਾ ਹਜੇ ਬਲ ਰਿਹਾ ਆ ਸ਼ਮਸ਼ਾਨ ਘਾਟ ਦੇ ਵਿੱਚ ਤੇ ਮਾਂ ਦੇ ਫੁੱਲ ਸਿਵ ਬਲਣ ਤੋਂ ਬਾਅਦ ਫੁੱਲ ਚੱਕਣ ਨੂੰ ਲੈ ਕੇ ਲੜਾਈ ਸਿਵਿਆਂ ਦੇ ਵਿੱਚ ਹੋ ਗਈ ਸਾਡੇ ਕੋਲ ਵੀਡੀਓ ਵੀ ਆ ਤੁਹਾਨੂੰ ਵੀਡੀਓ ਵੀ ਮੈਂ ਦਿਖਾਉਣਾ ਪਰ ਥੋੜੀ ਜੀ ਤੁਹਾਨੂੰ ਮੈਂ ਥੋੜੀ ਜੀ ਇਸ ਬਾਰੇ ਥੋੜੀ ਜੀ ਜਾਣਕਾਰੀ ਦੇ ਦਵਾ ਕਿ ਗੱਲ ਅਸਲ ਚ ਕਹਾਣੀ ਕੀ ਵਾਪਰੀ ਤਿੰਨ ਕਿੱਲੇ ਜ਼ਮੀਨ ਸੀਗੀ ਮਾਂ ਤੇ ਮਾਤਾ ਦੇ ਨਾਂ ਤੇ ਸੀਗੀ ਇੱਕ ਭਰਾ ਦੇ ਨਾਲ ਰਹਿੰਦੀ ਸੀ ਦੂਸਰਾ ਭਰਾ ਉਹ ਵੱਖਰਾ ਪਰੇ ਰਹਿੰਦਾ ਸੀਗਾ ਜਾਨੀ ਕਿ ਸੈਪਰੇਟ ਰਹਿੰਦਾ ਸੀਗਾ ਹੁਣ ਕਹਾਣੀ ਕੀ ਵਾਪਰੀ ਆ ਜਿਸ ਨੇ ਮਾਂ ਨੂੰ ਆਪਣੇ ਕੋਲ ਰੱਖਿਆ ਉਹ ਮਾਤਾ ਪੂਰੀ ਹੋ ਗਈ ਆਪਣੇ ਅੰਤਮ ਸਵਾਸ ਉਹ ਪੂਰੇ ਕਰਕੇ ਤੇ ਦੁਨੀਆ ਤੋਂ ਚਲੀ ਗਈ ਭਰਾ ਦਾ ਕੀ ਐਕਸ਼ਨ ਆ ਦੂਸਰੇ ਭਰਾ ਦਾ ਰਿਐਕਸ਼ਨ ਕੀ ਆ ਇਹਨੇ ਜਾਣ ਬੁੱਝ ਕੇ ਮਾਂ ਨੂੰ ਮਾਰ ਦਿੱਤਾ ਕਿਉਂ ਜ਼ਮੀਨ ਹੜੱਪਣ ਦੀ ਖਾਤਰ ਇਹ ਦੂਸਰਾ ਭਰਾ ਆਪਣੇ ਭਰਾ ਉਤੇ ਅਲੀਕੇਸ਼ਨ ਲਾ ਰਿਹਾ ਤੇ ਜਦੋਂ ਲੋਕਾਂ ਵਿੱਚ ਇਹ ਗੱਲ ਨਿਕਲੀ ਲੋਕਾਂ ਨੂੰ ਅਸਲ ਜੇ ਪਿੰਡ ਦੇ ਵਿੱਚ ਲੋਕਾਂ ਨੂੰ ਆਲੇ ਦੁਆਲੇ ਲੋਕਾਂ ਨੂੰ ਪਤਾ ਹੁੰਦਾ ਵੀ ਕੌਣ ਕਿਹੋ ਜਿਹਾ ਆਪਣੇ ਮਾਪੇ ਦੇ ਨਾਲ ਵਿਹਾਰ ਕਰ ਰਿਹਾ ਮਾਪੇ ਦੇ ਨਾਲ ਵਤੀਰਾ ਕਿਹੋ ਜਿਹਾ ਆਪਣਾ ਕਰ ਰਿਹਾ ਤੇ ਦੂਸਰੇ ਪਾਸੇ ਜਦੋਂ ਇਹ ਮਾਤਾ ਪੂਰੀ ਹੋ ਜਾਂਦੀ ਹੈ ਤੇ ਉਹ ਸ਼ਮਸ਼ਾਨ ਘਾਟ ਦੇ ਵਿੱਚ ਲੈ ਕੇ ਜਾਂਦੇ ਤਾਂ ਉੱਥੇ ਜਾ ਕੇ ਜਿਹੜਾ ਦੂਸਰਾ ਆ ਉਹ ਜਾ ਕੇ ਉਸ ਤੋਂ ਪਹਿਲਾਂ ਜਿਹਨੇ ਸੇਵਾ ਸੰਭਾਲ ਕੇ ਦੀ ਉਸ ਤੋਂ ਵੀ ਜਾ ਕੇ ਪਹਿਲਾਂ ਦੂਸਰੇ ਦਿਨ ਜਾ ਕੇ ਫੁੱਲ ਚੱਕ ਲੈਂਦਾ ਆਸ ਤੇ ਠੰਡੇ ਇਕੱਠੇ ਕਰਕੇ ਤਾਂ ਗੱਡੀ ਦੇ ਵਿੱਚ ਲੈ ਕੇ ਤਾਂ ਤੁਰ ਪੈਂਦਾ ਕਿਉਂਕਿ ਉਹ ਹੁਣ ਜਿਹੜੀ ਜ਼ਮੀਨ ਆ ਉਹ ਤਿੰਨ ਕਿੱल्ल्या ਦਾ ਡਿੱਕਾ ਵਿੱਚ ਵੀ ਤਿੰਨ ਤਿੰਨ ਕਿੱਲੇ ਆ ਉਹ ਅਸੀਂ ਕਿੱਦਾਂ ਆਪਸ ਵਿੱਚ ਵੰਡਨੇ ਆ ਕਹਾਣੀ ਇੱਥੋਂ ਤੱਕ ਵਾਪਰ ਗਈ ਉੱਥੇ ਜਦੋਂ ਪਤਾ ਲੱਗਾ ਵੀ ਉਹ ਬੰਦਾ ਆਪਣੀ ਗੱਡੀ ਲੈ ਕੇ ਤਾਂ ਫੁੱਲ ਚੌਕੇ ਤੋਂ ਉਹਨੂੰ ਗੱਡੀ ਦੇ ਵਿੱਚ ਰੱਖਤਾ ਦੂਸਰੇ ਭਰਾ ਨੇ ਪੰਜ ਦੇ ਪੰਜ ਪੰਜ ਦੇ ਜਿਹੜੇ 5 7 10 ਬੰਦੇ ਲੈ ਕੇ ਤਾਂ ਉੱਥੇ ਜਾ ਕੇ ਸ਼ਮਸ਼ਾਨ ਘਾੜ ਦੇ ਵਿੱਚ ਉਹਨੂੰ ਘੇਰਾ ਪਾ ਲਿਆ ਕਹਿੰਦਾ ਮਾਂ ਮਾਂ ਦੀ ਸੇਵਾ ਹੁਣ ਤੱਕ ਤਾਂ ਮੈਂ ਕਰਦਾ ਰਿਆ ਪੇ ਤੂੰ ਅਸਤ ਕਿਹੜੇ ਹਿਸਾਬ ਨਾਲ ਇਹਦੇ ਚੁੱਕੇ ਆ ਉਥੇ ਹੀ ਜਿਹੜੀ ਆ ਸ਼ਮਸ਼ਾਨ ਘਾਟ ਦੇ ਵਿੱਚ ਹੀ ਜਿਹੜੀ ਆ ਇਹ ਲੜਾਈ ਹੋ ਜਾਂਦੀ ਆ ਹੁਣ ਇੱਕ ਭਰਾ ਕਹਿ ਰਿਹਾ ਕਿ ਤੂੰ ਜਾਣ ਬੁੱਝ ਕੇ ਮਾਂ ਮਾਰੀ ਆ ਤੂੰ ਕੀ ਜ਼ਮੀਨ ਇਹਦੀ ਹੜੱਪੜੀ ਚਾਹੁੰਦਾ ਸੀ ਤੇ ਦੂਸਰਾ ਕਹਿ ਰਿਹਾ ਕਿ ਮੈਂ ਤਾਂ ਆਪਣੀ ਸੇਵਾ ਕਰਦਾ ਸੀ ਆਪਣੀ ਜਿੰਨੀ ਉਮਰ ਸੀ ਉਹ ਪੂਰੀ ਪਹੋਕ ਕਰਕੇ ਚਲੀ ਗਈ ਆ ਤੇ ਹੁਣ ਤੈਨੂੰ ਪ੍ਰੋਬਲਮ ਕੀ ਹੈ ਕਿ ਤੂੰ ਜਿੰਦੀ ਨੂੰ ਨਹੀਂ ਸਾਹ ਬਿਆ ਤੇ ਹੁਣ ਮਰਨ ਦੇ ਪਿੱਛੇ ਤੂੰ ਕਿਉਂ ਇਹ ਅੜਕੇ ਲਾ ਰਿਹਾ ਹੁਣ ਇਹਦੇ ਵਿੱਚ ਜਦੋਂ ਇਹ ਕੇਸ ਪੁਲਿਸ ਪ੍ਰਸ਼ਾਸਨ ਦੇ ਕੋਲ ਜਾਊਗਾ ਕਿ ਹੋ ਜੇ ਇਸ ਕੇਸ ਦੇ ਹਾਲਾਤ ਬਣਨਗੇ ਪਰ ਇੱਥੇ ਗੱਲ ਸੋਚਣ ਵਾਲੀ ਆ ਕਿ ਜਦੋਂ ਅਸੀਂ ਜੀਉਂਦਿਆਂ ਨੂੰ ਤਾਂ ਪੁੱਛਿਆ ਨਹੀਂ ਜੀਉਂਦਿਆਂ ਨੂੰ ਨਾ ਤਾਂ ਪੁੱਛਿਆ ਵੀ ਮਾਤਾ ਬਿਮਾਰ ਆ ਜਾਂ ਠੀਕ ਆ ਜਾਂ ਤੰਦਰੁਸਤ ਆ ਵੀ ਜਾਂ 2-4 ਦਿਨ ਆਪਾਂ ਬਾਹਰ ਦੇਖੀ ਵੀ ਨਹੀਂ ਘਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਘੁੰਮਦੀ ਕਦੀ ਦੇਖੀ ਨਹੀਂ ਵੀ ਆਪਣੇ ਭਰਾ ਨੂੰ ਕਦੀ ਇਹ ਤਾਂ ਟੈਲੀਫੋਨ ਕਰਕੇ ਪੁੱਛਿਆ ਨਹੀਂ ਵੀ ਵੀਰਿਆ ਜਾਂ ਭਰਾ ਵੀ ਮਾਤਾ ਤਾਂ ਹਾਰ ਗਈ ਆ ਪੇ 3-4 ਦਿਨ ਹੋ ਗਏ ਦੇਖੀ ਨਹੀਂ ਹੁਣ ਜਦੋਂ ਮਾਤਾ ਚਲੋ ਦੁਨੀਆ ਤੋਂ ਚੜ੍ਹਾਈ ਕਰ ਗਈ ਤੇ ਉਦੋਂ ਤੁਸੀਂ ਫਿਰ ਉਹਦੇ ਉੱਤੇ ਆਪਣਾ ਹੱਕ ਜਿਹੜਾ ਪੂਰਾ ਜਤਾਉਣ ਦੀ ਕੋਸ਼ਿਸ਼ ਕਰਦੇ ਆ ਕਿ ਮਾਤਾ ਤਾਂ ਮੇਰੇ ਐਨੇ ਨੇੜਲੇ ਸਬੰਧ ਸਨ ਕਿ ਕਿਤੇਰੇ ਨਾਲ ਵੀ ਹੁੰਨੇ ਸੀ ਕਿ ਤੇਰੇ ਘਰ ਦੇ ਵਿੱਚ ਰਹਿੰਦੇ ਹੁਆ ਵੀ ਤੇਰੇ ਨਾਲ ਨਹੀਂ ਸੀ ਹੁਣ ਇਹ ਵੀਡੀਓ ਆ ਇਹ ਵੀਡੀਓ ਤੁਹਾਨੂੰ ਮੈਂ ਪਹਿਲਾਂ ਦਿਖਾ ਦਿੰਨਾ ਤੇ ਵੀਡੀਓ ਤੁਸੀਂ ਦੇਖਿਓ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਇਸ ਮੁੱਦੇ ਦੇ ਉੱਤੇ ਕਿ ਦੇਖੋ ਹਾਲਾਤ ਕਿਹੋ ਜਿਹੇ ਬਣ ਚੁੱਕੇ ਨੇ ਇਨਸਾਨੀਅਤ ਕਿੰਨੀ ਗਿਰ ਚੁੱਕੀ ਆ ਕਿੰਨੀ ਸ਼ਰਮਸਾਰ ਹੋ ਚੁੱਕੀ ਆ ਕਿ ਦੋ ਭਰਾ ਮਾਂ ਦੇ ਸੇਵੇ ਨੂੰ ਲੈ ਕੇ ਸ਼ਮਸ਼ਾਨ ਘਾਟ ਦੇ ਵਿੱਚ ਹੀ ਲੜ ਪਏ ਤੇ ਲੋਕੀ ਇੱਕ ਦੂਜੇ ਦੇ ਮੂੰਹ ਵੱਲ ਦੇਖਦੇ ਸਨ ਕਿ ਅਸਲ 'ਚ ਇਹ ਹੋ ਕੀ ਰਿਹਾ ਆ ਦੇਖਦੇ ਆ ਇਸ ਵੀਡੀਓ ਨੂੰ ਚੌਲਾਂ ਦੇਵੇਂ ਜਾਣ ਦੇ ਖਾਣੇ ਖੋਲ ਦੇਵੇਂ ਜਾਣ ਦੇ ਇਹ ਚੌਲਾਂ ਦੇ ਨਹੀਂ ਹੈ ਇਹ ਕੱਜ ਕਰੇ ਸਭ ਕੋਈ ਜਾਣਗੇ ਚੌਲਾਂ ਦੇ ਚੌਲਾਂ ਦੇ ਖਾਣੇ ਜਾਣਗੇ ਚੌਲਾਂ ਨਹੀਂ ਜਾਣੇ ਕੋਈ ਗੱਲ ਨੇ ਤਾਂ ਨਹੀਂ ਕਿਉਂ ਆ ਰਿਹਾ ਉਹ ਪੜਨੀ ਚੋਰ ਤੋਂ ਸਰ ਦਾ ਕਾਰਨ ਕਰ ਮਾਡੀ ਨੂੰ ਆ ਦੇ ਨਾ ਸਿਰੋ ਖਲਦਾ 10 ਹਜ਼ਾਰ ਹਾਂ ਉਹ ਰਲ ਤੇ ਰੱਖੋ ਕਿਹਨ ਸਾਦਾ ਦੇਖੋ ਸਾਹਿਬ ਜੀ ਇਹ ੱੱਕਾ ਕਰ ਰਹੇ ਨੇ ਗੱਡੀ ਅਸੀਂ ਆਪਦੀ ਉਹ ਲਾਤੀ ਸਿਵਿਆਂ ਦੇ ਵਿੱਚ ਇਹ ਜੀ ਇਹ ੱੱਕਾ ਕਰਕੇ ਗੱਡੀ ਬਾਹਰ ਕੱਢਣ ਲੱਗੇ ਫੁੱਲ ਮਾਤਾ ਦੇ ਵਿੱਚ ਆ ਵੇਖੋ ਜੀ ਇਹਨਾਂ ੱੱਕੇ ਨਾਲ ਮਾਤਾ ਨੂੰ ਅਰਥੀਆਂ ਇਹਨਾਂ ਵਿੱਚ ਰੱਖਤੀਆਂ ਜੀ ਆ ਵੇਖੋ ਜੀ ਆ ਪਈਆਂ ਹੱਥੀਆਂ ਆ ਵੀਰ ਗੱਡੀ ਵਾਲਾ ਆ ਮੈਂ ਨਿਸ਼ਾਨ ਸਿੰਘ ਪੁੱਟਾ ਵੀ ਵਾਲਾ ਹਾਂ ਇਹਦਾ ਸਰਪਾ ਆ ਆ ਵੇਖੋ ਜੀ ਤੁਸੀਂ ਇਹ ਵੀਡੀਓ ਦੇਖੀ ਵੀਡੀਓ ਦੇ ਵਿੱਚ ਸਾਫ਼ ਤੇ ਕਲੀਅਰ ਤੌਰ ਤੇ ਜਿਹੜਾ ਉਹ ਨਜ਼ਰ ਆ ਰਿਹਾ ਕਿ ਕਿਸ ਹਿਸਾਬ ਨਾਲ ਇਹ ਇਨਸਾਨੀਅਤ ਸ਼ਰਮਸਾਰ ਹੋ ਚੁੱਕੀ ਆ ਤੇ ਤੁਸੀਂ ਇਥੋਂ ਅੰਦਾਜ਼ਾ ਲਾ ਲਓ ਪਿੰਡ ਦੇ ਲੋਕ ਵੀ ਇੱਕ ਦੂਸਰੇ ਦੇ ਮੂੰਹ ਵੱਲ ਦੇਖ ਰਹੇ ਦੇਖ ਰਹੇ ਸਨ ਕਿ ਇਹ ਆਪਸ ਵਿੱਚ ਦੋਨੇ ਜਿਹੜੇ ਭਰਾ ਇਹ ਕਾਰ ਕੀ ਰੇ ਨੇ ਹੁਣ ਇੱਕ ਦੂਸਰੇ ਤੋਂ ਪਹਿਲਾਂ ਫੁੱਲ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੈਂ ਇਹਦੇ ਅਸਰ ਜਿਹੜੇ ਜਲ ਪ੍ਰਵਾਹ ਕਰਨੇ ਤੇ ਦੂਸਰਾ ਕਹਿੰਦਾ ਜਦ ਮੈਂ ਰੱਖੀਆ ਤਾਂ ਮੈਂ ਆਪਣੀ ਜਿਹੜੀ ਸਾਰੇ ਕਰਿਆ ਕਰਨ ਰਹਿੰਦੇ ਆ ਤਾਂ ਉਹ ਮੈਂ ਆਪਣੇ ਆਪ ਹੀ ਕਰ ਲਵਾਂਗਾ ਹੁਣ ਮੈਂ ਜਿੱਦਾਂ ਪਹਿਲਾਂ ਗੱਲ ਕੀਤੀ ਹੈ ਕਿ ਇੱਕ ਮਾਂ ਮਾਂ ਬੇ ਨੇ ਸਾਨੂੰ ਪੈਦਾ ਕੀਤਾ ਦੋਨਾਂ ਦੀ ਇਕੱਠਿਆਂ ਦੀ ਪਰਵਰਿਸ਼ ਕੀਤੀ ਦੋਨਾਂ ਦੇ ਇਕੱਠਿਆਂ ਨੂੰ ਪੜ੍ਹਾਇਆ ਲਿਖਾਇਆ ਨੌਕਰੀਆਂ ਤੇ ਲਵਾਇਆ ਵਿਆਹ ਕੀਤੇ ਵਿਆਹ ਤੋਂ ਬਾਅਦ ਇਹ ਪਰਿਵਾਰ ਦੇ ਵਿੱਚ ਤਬਦੀਲੀ ਆ ਜਾਂਦੀ ਹੈ ਇੱਕ ਮਾਂ ਪੇ ਦੇ ਨਾਲ ਰਹਿਣਾ ਸ਼ੁਰੂ ਕਰ ਦਿੰਦਾ ਦੂਸਰਾ ਬਖਰਾ ਰਹਿਣਾ ਸ਼ੁਰੂ ਕਰ ਦਿੰਦਾ ਆਪਣੇ ਪਰਿਵਾਰ ਦੇ ਨਾਲ ਪਰ ਇੱਥੇ ਗੱਲ ਸੋਚਣ ਵਾਲੀ ਇਹ ਆ ਕਿ ਮਾਂ ਪਿਓ ਨੂੰ ਕਿਉਂ ਨਹੀਂ ਰੱਖ ਕੇ ਖੁਸ਼ ਠੀਕ ਆ ਅਸੀਂ ਇਹ ਨਹੀਂ ਕਹਿੰਨੇ ਕਿ ਇੱਕ ਦਿਨ ਮਾਂ ਪਿਓ ਇਹ ਮਾਂ ਇੱਧਰ ਹੋਣੀ ਚਾਹੀਦੀ ਹੈ ਦੂਸਰੇ ਦਿਨ ਦੂਸਰੇ ਭਰਾ ਲ ਹੋਣੀ ਚਾਹੀਦੀ ਆ ਕੀ ਕਹ ਪਰ ਜੇ ਇੱਕ ਭਰਾ ਕੋਲ ਰਹਿੰਦਿਆਂ ਹੋયા ਵੀ ਮਾਂ ਪਿਓ ਦਾ ਦੁੱਖ ਵੰਡਾਇਆ ਜਾ ਸਕਦਾ ਦੁੱਖ ਸੁਣਿਆ ਜਾ ਸਕਦਾ ਤੁਸੀਂ ਸਵੇਰੇ ਸ਼ਾਮ ਮਾਂ ਪਿਓ ਦੀ ਖਬਰ ਲੈਣ ਜਾ ਸਕਦੇ ਹੋ ਕਿਉਂ ਨਹੀਂ ਲੈਣ ਜਾ ਸਕਦੇ ਕਿਉਂਕਿ ਜਦੋਂ ਆਪਾਂ ਜਦੋਂ ਦੇਖਦੇ ਆ ਕਿ ਜਿੰਨਾ ਚਿਰ ਤਾਂ ਸਾਨੂੰ ਮਾਪੇ ਦੇ ਕੋਲ ਕੋਈ ਨਾ ਕੋਈ ਦੀਦੀ ਇੱਕ चीज ਸਾਨੂੰ ਕੋਈ ਮਿਲਦੀ ਆ ਕੋਈ ਮਿਲਣ ਦੀ ਆਸ ਹੁੰਦੀ ਆ ਤੇ ਉਹਨਾਂ ਚਿਰ ਤਾਂ ਅਸੀਂ ਇੱਕ ਸੇਵਾ ਸੰਭਾਲਦਾ ਜਰੂਰ ਉਹਨਾਂ ਦਾ ਖਿਆਲ ਰੱਖਦੇ ਆ ਪਰ ਕਿਤੇ ਨਾ ਕਿਤੇ ਦੇਖਿਆ ਜਾਵੇ ਜਦੋਂ ਅਸੀਂ ਇੱਕ ਆਸ ਲਾ ਦਿੰਨੇ ਆ ਤੇ ਉਸ ਤੋਂ ਬਾਅਦ ਮਾਪੇ ਦਾ ਕੀ ਅਸੀਂ ਇਹ ਵੀ ਭੁੱਲ ਜਾਂਦੇ ਆ ਕਿ ਸਾਨੂੰ ਪੈਦਾ ਕਿਨੇ ਕੀਤਾ ਅਸੀਂ ਕਿੱਥੋਂ ਪੈਦਾ ਹੋਏ ਆ ਤਾਂ ਕਿਦਾਂ ਸਾਡੀ ਪਰਵਰਿਸ਼ ਜੇ ਅਸੀਂ ਇਸ ਮੁਕਾਮ ਤੱਕ ਪਹੁੰਚੇ ਆ ਤੇ ਉਸ ਮੁਕਾਮ ਤੱਕ ਪਹੁੰਚਣ ਦੇ ਵਿੱਚ ਹੱਥ ਅਸਲ ਦੇ ਵਿੱਚ ਸਚਾਈ ਕੀ ਹੈ ਹੱਥ ਹੈ ਕਿ ਇਸ ਦਾ ਹੁਣ ਜਿਹੜੀ ਇਹ ਘਟਨਾ ਵਾਪਰੀ ਹੈ ਕਪੂਰਥਾਲਾ ਡਿਸਟ੍ਰਿਕਟ ਦੇ ਵਿੱਚ ਇੱਥੇ ਤੁਹਾਨੂੰ ਕੀ ਲੱਗਦਾ ਦੇਖਣ ਨੂੰ ਤੁਸੀਂ ਇੱਥੇ ਗੱਲ ਸੋਚਿਓ ਤੇ ਵਿਚਾਰਿਓ ਜਰੂਰ ਆਪਣੇ ਵਿਚਾਰ ਵੀ ਜਰੂਰ ਦਿਓ ਕਮੈਂਟਾਂ ਰਾਹੀਂ ਕਿਉਂਕਿ ਸਾਡਾ ਜਿਹੜਾ ਪ੍ਰੋਗਰਾਮ ਹਰ ਇੱਕ ਪ੍ਰੋਗਰਾਮ ਹੁੰਦਾ ਇਹ ਤਕਰੀਬਨ ਹਰ ਇਹ ਜਿਹੜੀ ਪੋਸਟ ਸਾਡੀ ਆ ਇਹ ਪੀਬੀਸੀ ਦੇ ਸੋਸ਼ਲ ਮੀਡੀਆ ਦੇ ਪੇਜ ਦੇ ਉੱਤੇ ਅਸੀਂ ਹਰ ਸਾਰੀਆਂ ਪੋਸਟਾਂ ਜਿਹੜੀਆਂ ਉਹ ਅਪਲੋਡ ਕਰਦੇ ਆ ਉਹ YouTube ਦੇ ਹੋਵੇ ਪੀਬੀਸੀ ਯੂਕੇ ਦੇ ਪੇਜ ਦੇ ਤੁਸੀਂ ਦੇਖ ਸਕਦੇ ਹੋ ਜਿਹੜਾ ਪੀਬੀਸੀ ਯੂਕੇ Facebook ਦਾ Twitter ਤੇ Instagram ਤੇ ਸਾਰੀਆਂ ਪੋਸਟਾਂ ਅਸੀਂ ਪਾਉਂਦੇ ਆ ਤੁਸੀਂ ਇਹਦੇ ਵਿੱਚ ਆਪਣੇ ਵਿਚਾਰ ਜਰੂਰ ਦਿਓ ਕਿ ਤੁਹਾਨੂੰ ਕੀ ਲੱਗਦਾ ਇਹ ਇਹਨਾਂ ਦੋਵਾਂ ਭਾਵਨਾਵਾਂ ਦੀ ਸੋਚ ਦੇ ਉੱਤੇ ਅਕਸਰ ਜਿਵੇਂ ਸੇਵਾ ਵੀ ਨਹੀਂ ਠੰਡਾ ਹੋਣ ਦਿੱਤਾ ਤੇ ਆਪਸ ਵਿੱਚ ਦੋਨੇ ਭਰਾ ਲੜ ਪਏ ਫੁੱਲ ਚੁਗਣ ਦੇ ਪਿੱਛੇ ਜਾਨਕੀ ਅਸ ਚੋਗਣ ਦੇ ਬੱਚੇ ਉਹ ਕਹਿੰਦਾ ਵੀ ਮੇਰਾ ਹੱਕ ਸੀ ਜਾਨਕੀ ਕਹਾਣੀ ਕੀ ਸੀ ਉਹ ਜਿਹੜੇ ਤਿੰਨ ਕਿੱਲੇ ਜੜੀਆਂ ਉਹ ਪਹਰਾ ਦੀਆਂ ਅੱਖਾਂ ਦੇ ਵਿੱਚ ਸਨ ਕਿ ਇਹ ਸਾਡੀ ਜਿਹੜੀ ਜੱਦੀ ਜਾਇਦਾਦ ਹੈ ਇਹਨੂੰ ਆਪਸ ਵਿੱਚ ਵੰਡਣਾ ਕਿਦਾਂ ਕਿਉਂਕਿ ਇਹ ਕਾਰਨ ਇਹ ਹੀ ਸੀਗਾ ਕਿ ਜੇ ਮੈਂ ਇਹਨਾਂ ਰਸਮਾਂ ਦੇ ਵਿੱਚ ਵੀ ਆਪਣਾ ਹਿੱਸਾ ਨਾ ਪਾਇਆ ਤੇ ਆਟੋਮੈਟਿਕ ਜਿਹੜਾ ਮੇਰਾ ਦੂਸਰਾ ਭਰਾ ਆ ਭਰਾ ਆ ਇਹ ਜਿਹੜੀ ਜ਼ਮੀਨ ਸਾਰੀ ਉਹਦੇ ਹਿੱਸੇ ਦੇ ਵਿੱਚ ਚਲੀ ਜਾਣੀ ਆ ਪਰ ਇੱਥੇ ਹੁਣ ਗੱਲ ਇਹ ਸੋਚਣ ਵਾਲੀ ਆ ਕਿ ਜਿੰਨਾ ਚਿਰ ਅਸੀਂ ਮਾਂ ਪੇ ਦੀ ਸੇਵਾ ਨਹੀਂ ਕਰਦੇ ਤੇ ਸਾਨੂੰ ਆਸ ਵੀ ਨਹੀਂ ਫੇਰ ਰੱਖਣੀ ਚਾਹੀਦੀ ਕਿ ਜਿੰਨਾ ਇੰਨਾ ਇੱਥੋਂ ਤੱਕ ਸੋਚ ਲਾਣਾ ਹੈ ਕਿ ਜਿੰਨਾ ਕਿ ਉਹਨਾਂ ਦਾ ਫਰਜ਼ ਬਣਦਾ ਸੀਗਾ ਉਹਨਾਂ ਨੇ ਆਪਣਾ ਤੁਹਾਨੂੰ ਪੜਾਇਆ ਲਿਖਾਇਆ ਵਿਆਹਿਆ ਤੁਹਾਨੂੰ ਨੌਕਰੀਆਂ ਤੇ ਲਵਾਇਆ ਤੁਹਾਨੂੰ ਘਰ ਵੀ ਆਪਣੇ ਲੈ ਕੇ ਦੇ ਦਿੱਤੇ ਪਰ ਕਿਤੇ ਨਾ ਕਿਤੇ ਦੇਖਿਆ ਜਾਵੇ ਜੇ ਭਰਾ ਇੱਕ ਦੂਸਰੇ ਭਰਾ ਦੇ ਕੋਲ ਮਾਤਾ ਰਹਿੰਦੀ ਹੈ ਤੇ ਮਾਤਾ ਪਿਤਾ ਦਾ ਹਾਲਚਾਲ ਪੁੱਛਣਾ ਵੀ ਉਹਨਾਂ ਹੀ ਤੁਹਾਡਾ ਫਰਜ਼ ਬਣਦਾ ਉਹਨਾਂ ਹੀ ਤੁਹਾਡੀ ਡਿਊਟੀ ਬਣਦੀ ਹੈ ਜਿੰਨੀ ਕੀ ਦੂਸਰੇ ਭਰਾ ਦੀ ਬਣਦੀ ਆ ਚਾਹੇ ਉਹਨਾਂ ਕੋਲ ਰਹਿੰਦੀ ਹੋਵੇ ਚਾਹੇ ਨਾ ਹੋਰ ਪਾਸੇ ਰਹਿੰਦੀ ਹੋਵੇ ਪਰ ਕਿਤਨਾ ਕਿਤੇ ਦੇਖਿਆ ਜਾਵੇ ਅਸੀਂ ਇਹ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਹੋਏ ਨਜ਼ਰ ਆਉਂਦੇ ਆ ਤੇ ਜਿਹੜੀਆਂ ਫੇ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਅਸੀਂ ਇਹ ਅੰਡ ਤੇ ਕਹਦੇ ਨੇ ਤੁਸੀਂ ਸਾਡੇ ਲਈ ਕੀਤਾ ਕੀ ਬਹੁਤ ਸਾਰੇ ਇਹ ਨੌਜਵਾਨੀ ਅੱਜ ਕੱਲ ਜਿਹੜੀਆਂ ਵਿਚਾਰਾਂ ਦੇ ਵਿੱਚ ਤਬਦੀਲੀ ਆ ਚੁੱਕੀ ਆ ਨੌਜਵਾਨਾਂ ਦੇ ਵਿਚਾਰ ਜਿਹੜੇ ਉਹ ਵਿਖਰੇਵੇਂ ਵਿਚਾਰਾਂ ਦੇ ਵਿਖਰੇਵੇਂ ਅੱਜ ਅੱਜ ਕੱਲ ਆਮ ਤੌਰ ਤੇ ਚੱਲਦੇ ਨੇ ਤੇ ਅੱਜ ਜੇ ਆਪਾਂ ਗੱਲ ਕਰੀਏ ਅਸੀਂ ਕਿਨੇ ਕੀਤਾ ਕੀ ਆ ਤੇ ਪੁੱਛ ਕੇ ਆਪਣੇ ਦਿਲੋਂ ਜਾਣਿਓ ਜਦੋਂ ਤੁਹਾਡੇ ਬੱਚੇ ਤੁਹਾਨੂੰ ਇਹ ਸਵਾਲ ਕਰਨਗੇ ਤੁਸੀਂ ਸਾਡੇ ਲਈ ਕੀਤਾ ਕੀ ਆ ਤੇ ਉਦੋਂ ਤੁਸੀਂ ਤੁਹਾਨੂੰ ਫੇ ਇਹ ਗੱਲ ਯਾਦ ਆਊਗੀ ਵੀ ਤੁਸੀਂ ਆਪਣੇ ਮਾਪੇ ਨੂੰ ਇਹ ਸਵਾਲ ਕੀਤਾ ਸੀ ਅੱਜ ਉਹੀ ਸਵਾਲ ਜਿਹੜਾ ਉਹ ਤੁਹਾਡੇ ਬੱਚੇ ਤੁਹਾਨੂੰ ਕਰ ਰਹੇ ਨੇ ਵੀ ਤੁਸੀਂ ਸਾਡੇ ਲਈ ਕੀਤਾ ਕੀ ਆ ਇਹ ਇੱਥੋਂ ਤੱਕ ਸੋਚ ਕੇ ਦੇਖਿਓ ਬੱਚਾ ਜਦੋਂ ਪੈਦਾ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਬੱਚਾ ਵਿਆਹ ਜਾਂਦਾ ਤੇ ਆਪਣੇ ਜਦੋਂ ਉਹਦੇ ਬੱਚੇ ਪੈਦਾ ਹੋ ਜਾਂਦੇ ਆ ਤੇ ਉਸ ਤੇ ਉਹ ਉੱਥੇ ਤੱਕ ਸਟੈਬਲਿਸ਼ ਕਰਨ ਲਈ ਉੱਥੇ ਤੱਕ ਉਹਨੂੰ ਪਹੁੰਚਾਉਣ ਦੇ ਲਈ ਕਿੰਨਾ ਕੁ ਸੰਘਰਸ਼ ਮਾਪੇ ਨੂੰ ਕਰਨਾ ਪੈਂਦਾ ਲੋਕਾਂ ਦੇ ਅਲਾਮੇ ਵੀ ਸਾਂਨੇ ਪੈਂਦੇ ਨੇ ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ ਨੇ ਹਰ ਪੱਖ ਤੇ ਵਿੱਚੋਂ ਮਾਪਿਆਂ ਨੂੰ ਗੁਜ਼ਰਨਾ ਪੈਂਦਾ ਤਾਂ ਕਿ ਆਪਣੇ ਜਿਹੜਾ ਬੱਚੇ ਆ ਉਹਨਾਂ ਨੂੰ ਕਿਸੇ ਗੱਲ ਦੀ ਕੋਈ ਜਿਹੜਾ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਇਨਸਾਨੀਅਤ ਜਿਹੜੀ ਹੋਰ ਵੀ ਸ਼ਰਮਸਾਰ ਹੋ ਜਾਂਦੀ ਆ ਜਦੋਂ ਅਸੀਂ ਕਿ ਦੇਖਦੇ ਆ ਕਿ ਇੱਕ ਪਿਓ ਨੇ ਆਪਣੇ ਪਿਓ ਦਾ ਪਿਓ ਨੇ ਆਪਣੇ ਪੁੱਤ ਦਾ ਜਿਹੜਾ ਉਹ ਕਤਲ ਕਰ ਦਿੱਤਾ ਕਾਦੇ ਲਈ ਕਿਉਂਕਿ ਉਹ ਨਸ਼ੇ ਦੀ ਮੰਗ ਕਰ ਰਿਹਾ ਸੀ ਤੇ ਘਰ ਦੇ ਵਿੱਚ ਜਾ ਕੇ ਆਪਣੀ ਮਾਂ ਦੇ ਨਾਲ ਕੁੱਟਮਾਰ ਕੀਤੀ ਹੁਣ ਤੁਸੀਂ ਇਥੋਂ ਅੰਦਾਜ਼ਾ ਲਗਾ ਲਓ ਕਿ ਉਹਨਾਂ ਨੇ ਕਦੀ ਸੋਚਿਆ ਵੀ ਨਹੀਂ ਇਹ ਹੋਵੇਗਾ ਕਿ ਅੱਜ ਜਿਨ੍ਹਾਂ ਮਾਪੇ ਨੇ ਉਸ ਬੱਚੇ ਨੂੰ ਪੈਦਾ ਕੀਤਾ ਅੱਜ ਉਹ ਬੱਚਾ ਇਹਨਾਂ ਹਾਲਾਤਾਂ ਦੇ ਵਿੱਚੋਂ ਨਿਕਲ ਰਿਹਾ ਇਹਨਾਂ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਕਿ ਪਿਓ ਬਾਹਰ ਗਿਆ ਹੋਇਆ ਸੀਗਾ ਤੇ ਅੱਜ ਘਰ ਦੇ ਵਿੱਚ ਜਾ ਕੇ ਆਪਣੀ ਮਾਪੇ ਦੇ ਨਾਲ ਮਾਂ ਦੇ ਨਾਲ ਕੁੱਟਮਾਰ ਕੀਤੀ ਕੁੱਟਮਾਰ ਕੀਤੀ ਇਥੋਂ ਤੱਕ ਕੀਤੀ ਕਿ ਉਹਦੇ ਜਿਆਦਾ ਸੀਰੀਅਸ ਸੱਟ ਲੱਗਣ ਦੇ ਕਾਰਨ ਕਾਰਨ ਕੀ ਸੀਗਾ ਕਿ ਪੁੱਤ ਮਾ ਦੇ ਕੋਲੋਂ ਪੈਸਾ ਮੰਗ ਰਿਆ ਸੀ ਨਸ਼ਾ ਕਰਨ ਲਈ ਤੇ ਮਾਂ ਉਹਨੂੰ ਪੈਸਾ ਦੇਣ ਤੋਂ ਗਰੇਜ ਕਰ ਰਹੀ ਸੀ ਤੇ ਉਹਨੇ ਜਿਹੜੀ ਮਾਂ ਦੀ ਕੁੱਟਮਾਰ ਕਰ ਦਿੱਤੀ ਜਦੋਂ ਪਿਓ ਸ਼ਾਮ ਨੂੰ ਆਪਣੇ ਘਰ ਵਿੱਚ ਵਾਪਸ ਪਰਤਦਾ ਆ ਤੇ ਉਹਨੂੰ ਇਸ ਘਟਨਾ ਤੋਂ ਪਤਾ ਹੁੰਦਾ ਉਹ ਜਦੋਂ ਵੇਟ ਕਰਦਾ ਆ ਕਿ ਜਦੋਂ ਮੁੰਡਾ ਸ਼ਾਮ ਨੂੰ ਘਰ ਆਉਂਦਾ ਆ ਜਦੋਂ ਘਰ ਆਉਂਦਾ ਹੈ ਤੇ ਇਸ ਗੱਲ ਨੂੰ ਲੈ ਕੇ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋ ਜਾਂਦੀ ਆ ਤੂੰ ਤੂੰ ਮੈਂ ਮੈਂ ਹੋਣ ਕਰਕੇ ਜਿਹੜੀਆਂ ਆਪਸ ਵਿੱਚ ਜਿਹੜੀਆਂ ਇਹ ਬੇੜੀਆਂ ਫਿਰ ਲਾਟੀਆਂ ਲਾਠੀਆਂ ਸੋਟੇ ਜਾਂ ਜੋ ਵੀ ਹੱਥਾਂ ਦੇ ਵਿੱਚ ਆ ਉਹ ਚੱਲਣੇ ਸ਼ੁਰੂ ਹੋਏ ਤੇ ਇਹੋ ਜਿਹਾ ਟਗਾਣੇ ਤੇ ਪੁੱਤ ਦੇ ਉਹ ਸੱਟ ਲੱਗ ਗਈ ਕਿ ਉਹ ਪੋਤੋ ਹਸਪੀਟਲ ਜਾ ਕੇ ਦਮ ਤੋੜ ਗਿਆ ਹੁਣ ਤੁਸੀਂ ਇਹ ਦੇਖੋ ਆਪਣੇ ਪੈਦਾ ਕੀਤਾ ਹੋਏ ਪੁੱਤਰ ਨੂੰ ਆਪਣੇ ਮੋਢਿਆਂ ਤੇ ਰੱਖ ਕੇ ਪਿਓ ਮਾਂ ਪਿਓ ਆਪਣੀ ਪੁੱਤ ਦੀ ਲਾਸ਼ ਨੂੰ ਲੈ ਕੇ ਜਾ ਰਹੇ ਨੇ ਕਾਰਨ ਕੀ ਆ ਪਿੱਛੇ ਕਾਰਨ ਪਿੱਛੇ ਕਿ ਪੁੱਤ ਨਸ਼ਾ ਮੰਗ ਰਿਹਾ ਸੀ ਤੇ ਮਾਪੇ ਉਸ ਨੂੰ ਬੋਤ ਨੂੰ ਸਿੱਧੇ ਰਸਤੇ ਤੇ ਲਿਆਉਣਾ ਚਾਹੁੰਦੇ ਸਨ ਪਰ ਅੱਜ ਕਿਉਂਕਿ ਅੱਜ ਦੁਨੀਆ ਦੇ ਵਿੱਚ ਜਿਹੜੇ ਹਾਲਾਤ ਬਣ ਚੁੱਕੇ ਨੇ ਤੁਸੀਂ ਕਿਸੇ ਵੀ ਕੰਮ ਤੋਂ ਜਦੋਂ ਬੱਚੇ ਨੂੰ ਭਲਾ ਜਾਂ ਉਹਦੀ ਬਿਹਤਰੀ ਲਈ ਕੋਈ ਸਟੈਪ ਚੁੱਕਦੇ ਹੋ ਜਾਂ ਉਹਨੂੰ ਕਿਸੇ ਵੀ ਗੱਲ ਤੋਂ ਰੋਕਦੇ ਹੋ ਕਿ ਜਿਹੜੇ ਉਹ ਤੁਹਾਨੂੰ ਚੰਗੀ ਨਹੀਂ ਲੱਗਦੀ ਪਰ ਕਿਤੇ ਨਾ ਕਿਤੇ ਉਹ ਬੱਚਿਆਂ ਨੂੰ ਉਹ ਗੱਲ ਚੰਗੀ ਲੱਗਦੀ ਹੈ ਇਸ ਦੇ ਨਾਮ ਇਸ ਗੱਲ ਨੂੰ ਲੈ ਕੇ ਆਪਸ ਵਿੱਚ ਜਦੋਂ ਤਕਰਾਰ ਵੱਧ ਜਾਂਦਾ ਹੈ ਤਾਂ ਉਹ ਤਕਰਾਰ ਇਹ ਇਹੋ ਜਿਹਾ ਰੂਪ ਧਾਰਨ ਕਰ ਲੈਂਦਾ ਕਿ ਇਹਦੇ ਵਿੱਚ ਲੋਕਾਂ ਦੀਆਂ ਜਾਨਾਂ ਗਈਆਂ ਨੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਖਬਰਾਂ ਸੁਣੀਆਂ ਹੋਣੀਆਂ ਬਹੁਤ ਖਬਰਾਂ ਸੁਣੀਆਂ ਹੋਣੀਆਂ ਕਿ ਨਸ਼ੇੜੀ ਪੁੱਤ ਨੇ ਆਪਣੇ ਪਿਓ ਨੂੰ ਕਤਲ ਕਰ ਦਿੱਤਾ ਤੇ ਅੱਜ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਕੇ ਹਟਿਆ ਇਹ ਅੱਜ ਪੁੱਤ ਨੇ ਆਪਣੇ ਪਿਓ ਨੇ ਆਪਣੇ ਪੁੱਤ ਦਾ ਜਿਹੜਾ ਉਹ ਕਤਲ ਕਰ ਦਿੱਤਾ ਕਿਉਂਕਿ ਆਪਣੀ ਮਾਂ ਦੇ ਨਾਲ ਉਹ ਨਿਤ ਝਗੜਾ ਕਰਦਾ ਸੀਗਾ ਪਰ ਇੱਕ ਝਗੜਾ ਇਥੋਂ ਤੱਕ ਵੱਧ ਗਿਆ ਕਿ ਗੱਲ ਇੱਥੇ ਜਾ ਕੇ ਨਿਬੜੀ ਗਈ ਪੁੱਤ ਜਿਹੜਾ ਉਹ ਦੁਨੀਆ ਤੋਂ ਉਹ ਚਲੇ ਗਿਆ ਇਹੋ ਜੀਆਂ ਜਦੋਂ ਕਟਨਾਵਾ ਸੁਣਨ ਨੂੰ ਦੇਖਣ ਨੂੰ ਮਿਲਦੀਆਂ ਨੇ ਤਾਂ ਕਿਤਨਾ ਕਿਤੇ ਅਸੀਂ ਅਸੀਂ ਵੀ ਆਪਣੇ ਪੰਜਾਬੀ ਭਾਈਚਾਰੇ ਬਾਰੇ ਸੋਚਦੇ ਆਂ ਕਿ ਅੱਜ ਕਿਉਂ ਇਹ ਭਾਈਚਾਰੇ ਦੇ ਵਿੱਚ ਇਹੋ ਜੀਆਂ ਗੱਲਾਂ ਜੜੀਆਂ ਉਹ ਵਾਪਰਦੀਆਂ ਨੇ ਖਾਸ ਕਰਕੇ ਆਪਾਂ ਜਦੋਂ ਆਪਸ ਵਿੱਚ ਜ਼ਮੀਨ ਦੀ ਵੰਡ ਹੋਣੀ ਹੁੰਦੀ ਆ ਘਰਾਂ ਦੀ ਵੰਡ ਹੋਣੀ ਹੁੰਦੀ ਆ ਤੇ ਇਥੋਂ ਤੱਕ ਕਿ ਜਿਨ੍ਹਾਂ ਬਜ਼ੁਰਗਾਂ ਨੂੰ ਪੈਨਸ਼ਨਾਂ ਲਗੀਆਂ ਹੋਈਆਂ ਨੇ ਉਹ ਆਪਣੇ ਦੁਨੀਆ ਦੇ ਤੋਂ ਜਦੋਂ ਚਲੇ ਜਾਂਦੇ ਨੇ ਤੇ ਉਹ ਪੈਨਸ਼ਨ ਨੂੰ ਲੈ ਕੇ ਵੀ ਤੁਸੀਂ ਹੁਣ ਇਥੋਂ ਅੰਦਾਜ਼ਾ ਲਗਾ ਲਓ ਬਹੁਤਿਆਂ ਘਰਾਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਨੇ ਕਿ ਪੈਨਸ਼ਨ ਲੱਖਾਂ ਦੇ ਵਿੱਚ ਵੀ ਨਹੀਂ ਸੀ ਹਜ਼ਾਰਾਂ ਦੇ ਵਿੱਚ ਸੀ ਕਿਉਂਕਿ ਪੁਰਾਣੇ ਬਜ਼ੁਰਗਾਂ ਨੂੰ ਕਿੰਨੀ ਕ ਪੈਨਸ਼ਨ ਲੱਗਦੀ ਹੁੰਦੀ ਸੀ ਜਿਹੜੇ ਖਾਸ ਕਰਕੇ ਮੈਂ ਹੁਣ ਗੱਲ ਕਰਦਾ ਪੰਜਾਬ ਦੇ ਵਿੱਚ ਜਿਹੜੇ ਬਜ਼ੁਰਗ ਬੈਠੇ ਨੇ ਕਿਉਂਕਿ ਜੇ ਘਰ ਵਾਲਾ ਨੌਕਰੀ ਕਰਦਾ ਸੀਗਾ ਤੇ ਘਰ ਵਾਲੇ ਦੀ ਪੈਨਸ਼ਨ ਜਿਹੜੀ ਆ ਆਟੋਮੈਟਿਕ ਜਿਹੜੀ ਆ ਉਹਨਾਂ ਦੀ ਉਹਦੀ ਵਾਈਫ ਨੂੰ ਲੱਗ ਜਾਂਦੀ ਸੀ ਉਸ ਪੈਨਸ਼ਨ ਨੂੰ ਹੁਣ ਤੁਸੀਂ ਲਾ ਲਓ ਜੇ 2000 ਜਾਂ 3000 ਰੁਪਈਆ ਜਾਂ 5000 ਰੁਪਈਆ ਪਰ ਮੰਥ ਜਿਹੜੀ ਆ ਉਹ ਪੈਨਸ਼ਨ ਲੱਗਦੀ ਹੋਵੇ ਉਹ ਜਿਸ ਨੇ ਜਿਸ ਪੁੱਤ ਨੇ ਉਹ ਮਾਂ ਨੂੰ ਸੰਭਾਲਿਆ ਹੋਵੇਗਾ ਕਿ ਉਹਨੂੰ ਵੀ ਕੋਈ ਖਰਚਿਆਂ ਦੀ ਲੋੜ ਹੋਵੇਗੀ ਕਿ ਦੂਸਰਾ ਪੁੱਤ ਹੁਣ ਜੇ ਆ ਕੇ ਕਵੇ ਵੀ ਮੈਂ ਜਿਹੜਾ ਪੈਨਸ਼ਨ ਤੋਂ ਇਹਦੀ ਖਾਨਾ ਉਹਦੇ ਵਿੱਚੋਂ ਮੈਨੂੰ ਹਿੱਸਾ ਚਾਹੀਦਾ ਇਹੋ ਜਿਹੇ ਹਾਲਾਤ ਸਾਡੇ ਬਣ ਚੁੱਕੇ ਨੇ ਹਜ਼ਾਰਾਂ ਰੁਪਈਆ ਪਿੱਛੇ ਅੱਜ ਭਰਾ ਭੈਣ ਨਾਲ ਨਹੀਂ ਬੋਲਦੀ ਤੇ ਭੈਣ ਜਿਹੜੀ ਆ ਭਰਾ ਭੈਣ ਨਾਲ ਨਹੀਂ ਬੋਲਦਾ ਕਿਉਂਕਿ ਕਹਿੰਦੇ ਤੁਸੀਂ ਮਾਂ ਪੇ ਨੂੰ ਇੱਥੋਂ ਤੁਸੀਂ ਇੱਥੋਂ ਤੁਸੀਂ ਅੰਦਾਜ਼ਾ ਲਗਾ ਲਓ ਰੱਖਣੀ ਤਾਂ ਕਹਿੰਦੇ ਤੂੰ ਵੀ ਨਹੀਂ ਸੀਗੀ ਰੱਖੀ ਤੂੰ ਕਾਦੇ ਲਈ ਆ ਕਿ ਤੈਨੂੰ ਇਹਦੀ ਪੈਨਸ਼ਨ ਦਾ ਲਾਲਚ ਆ ਮਤਲਬ ਇਹ ਇਹ ਗੱਲਾਂ ਇਹ ਤੁਸੀਂ ਇਹ ਦਿਮਾਗ ਤੇ ਤੁਸੀਂ ਇਹ ਦੇਖੋ ਕਿ ਇਹੋ ਦਿਮਾਗ ਦੇ ਵਿੱਚ ਗੱਲਾਂ ਆਉਂਦੀਆਂ ਕਿੱਥੋਂ ਨੇ ਫਿਰ ਭਾਈ ਸਖਸ਼ੋ ਜਦੋਂ ਇਹੋ ਜਿਹੀਆਂ ਗੱਲਾਂ ਘਰਾਂ ਦੇ ਵਿੱਚ ਵਰਤਦੀਆਂ ਨੇ ਤੁਸੀਂ ਇੱਕ ਦੂਜੇ ਨੂੰ ਉਹਦੇ ਉੱਤੇ ਅਲੀਗੇਸ਼ਨ ਲਾਉਣੇ ਸ਼ੁਰੂ ਕਰਦੇ ਨੇ ਇੱਥੋਂ ਤੱਕ ਕਿ ਫਰਜ਼ ਤਾਂ ਇਹ ਬਣਦਾ ਆ ਕਿ ਜਦੋਂ ਬੜਾਪੇ ਦੇ ਵਿੱਚ ਬਜ਼ੁਰਗਾਂ ਨੂੰ ਸੰਭਾਲਣਾ ਪੈਂਦਾ ਨਾ ਜਿਨ੍ਹਾਂ ਦਾ ਆਪਣੀ ਅੱਖੀ ਦੇਖਿਆ ਤੇ ਜਾਂ ਜਿਹੜੇ ਆਪਣੀ ਅੱਖੀ ਇਸ ਚੀਜ਼ ਨੂੰ ਹੰਡਾ ਰਹੇ ਨੇ ਜਦੋਂ ਬਜ਼ੁਰਗ ਬੈੱਡ ਦੇ ਉੱਤੇ ਜਾਂ ਮੰਜੇ ਦੇ ਉੱਤੇ ਪਏ ਹੁੰਦੇ ਨੇ ਤੇ ਸਾਰਾ ਉਹਨਾਂ ਦਾ ਕਿਰਿਆਕਰਮ ਉੱਤੇ ਹੀ ਮੰਜੇ ਦੇ ਉੱਤੇ ਹੁੰਦਾ ਆ ਤੇ ਉਦੋਂ ਪੁੱਛਿਆ ਜਾਣੀਏ ਕਿਹੜੇ ਭਾਵਾਂ ਦੇ ਵਿੱਚ ਉਹ ਗੱਲ ਵੀ ਵਾਪਰਦੀ ਆ ਬੀਤਦੀ ਆ ਕਿਉਂਕਿ ਬਜ਼ੁਰਗਾਂ ਨੂੰ ਜਦੋਂ ਪ੍ਰੋਬਲਮ ਦੇ ਵਿੱਚ ਪੈ ਜਾਂਦੇ ਨੇ ਨਾ ਚੇਤਾ ਭੁੱਲਣਾ ਸ਼ੁਰੂ ਹੋ ਜਾਂਦਾ ਰੋਟੀ ਖਵਾ ਕੇ ਹਟੋ ਤਾਂ ਫੇਰ ਅਗਲਾ ਬਜ਼ੁਰਗ ਫੇਰ ਕਹਿੰਦਾ ਵੀ ਮੈਨੂੰ 10 ਮਿੰਟ ਬਾਅਦ ਭੁੱਖ ਲੱਗੀ ਆ ਹਰ 10 ਮਿੰਟ ਬਾਅਦ ਇਹੋ ਜੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਹਰ 10 ਮਿੰਟ ਬਾਅਦ ਉਹਨਾਂ ਨੂੰ ਨਿਲਾਉਣਾ ਪੈਂਦਾ ਉਹਨਾਂ ਨੂੰ ਧੋਣਾ ਪੈਂਦਾ ਤੇ ਭਰਾ ਆ ਕੇ ਕਹਿੰਦਾ ਭੈਣਾ ਕੀ ਇਹ ਕਹਿੰਦੀ ਆ ਤੂੰ ਕੱਲ ਹੀ ਰੱਖੀ ਆ ਰੱਖੀ ਤਾਂ ਤੂੰ ਇਸ ਕਰਕੇਈ ਆ ਕਿ ਤੈਨੂੰ ਇਹਦੀ ਪੈਨਸ਼ਨ ਦਾ ਲਾਲਚ ਆ ਭਾਈ ਸਖਸ਼ੋ ਇਹ ਜਿਹੜੇ ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਪਰ ਜਦੋਂ ਬਜ਼ੁਰਗ ਕਿਤੇ ਮੰਜੀਆਂ ਦੇ ਉੱਤੇ ਪੈ ਜਾਂਦੇ ਨੇ ਨਾ ਤੇ ਉਦੋਂ ਉਹਨਾਂ ਨੂੰ ਪੁੱਛਿਆ ਜਾਣੀਏ ਜਿਹੜੇ ਉਹਨਾਂ ਨੂੰ ਸਾਥ ਦੇ ਨੇ ਪੇ ਧੰਨ ਦੇ ਨੇ ਉਹ ਲੋਕ ਤਨਦੇ ਨੇ ਉਹ ਮਾਪੇ ਤਨਦੇ ਨੇ ਉਹ ਧੀਆਂ ਪੁੱਤ ਜਿਹੜੇ ਉਸ ਸਥਿਤੀ ਦੇ ਵਿੱਚ ਉਸ ਅਵਸਥਾ ਦੇ ਵਿੱਚ ਆਪਣੇ ਮਾਪੇ ਦੀ ਸੇਵਾ ਕਰਦੇ ਨੇ ਤੇ ਉਹਨਾਂ ਦਾ ਕਿਰਿਆਕਰਮ ਸਾਰਾ ਸੰਭਾਲਦੇ ਨੇ ਇਹ ਗੱਲ ਸੋਚੋ ਇਹ ਕਹਿਣਾ ਬਹੁਤ ਸੌਖਾ ਹੈ ਕਿ ਤੂੰ ਪੈਨਸ਼ਨ ਕਰਕੇ ਆਪਣੀ ਮਾਂ ਘਰ ਦੇਵੇ ਆਪਣੇ ਮਾਪੇ ਨੂੰ ਸੰਭਾਲਦਾ ਤੂੰ ਆਪਣੇ ਨਿਆਣਿਆਂ ਦੀ ਦੇਖਭਾਲ ਦੇ ਆਪਣੇ ਮਾਪੇ ਨੂੰ ਸੰਭਾਲਦਾ ਤੂੰ ਆਪਣੇ ਆਪਣੇ ਹਿੱਸੇ ਦੀ ਜਿਹੜੀ ਮਾਪੇ ਦੀ ਜਿਹੜੇ ਹਿੱਸੇ ਦੀ ਜ਼ਮੀਨ ਆ ਉਹਨੂੰ ਉਹਨੂੰ ਹੜੱਪਣ ਦੀ ਕੋਸ਼ਿਸ਼ ਦੇ ਵਿੱਚ ਇਹਨਾਂ ਨੂੰ ਸੰਭਾਲਦਾ ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਕਹਿਣੀਆਂ ਬਹੁਤ ਸੌਖੀਆਂ ਨੇ ਕਰਕੇ ਤੇ ਉਹਨਾਂ ਦੀ ਸੇਵਾ ਕਰਕੇ ਦੇਖੋ ਜਦੋਂ ਵਾਕਈ ਸੇਵਾ ਉਹ ਹੁੰਦੀ ਹੈ ਜਦੋਂ ਇੱਕ ਸਾਲ ਦਾ ਜਾਂ ਬਚਪਨ ਤੋਂ ਲੈ ਕੇ ਬੱਚਾ ਜਦੋਂ ਆਪਣਾ ਆਪ ਸੰਭਾਲਣ ਤੱਕ ਨਹੀਂ ਸਮਰੱਥ ਹੋ ਜਾਂਦਾ ਨਾ ਤੇ ਉਹਦਾ ਫਿਰ ਜਦੋਂ ਸਾਰਾ ਕੁਛ ਨਿळाਉਣਾ ਧੋਣਾ ਪੈਂਦਾ ਉਹਦਾ ਹੱਗਿਆ ਮੁੱਤਿਆ ਸਭ ਕੁਝ ਸਾਫ਼ ਕਰਨਾ ਪੈਂਦਾ ਜਦੋਂ ਉਹਨਾਂ ਅਵਸਥਾਾਂ ਦੇ ਵਿੱਚ ਆ ਕੇ ਮਾਪੇ ਦੀ ਸੇਵਾ ਕਰਨੀ ਪੈਂਦੀ ਹੈ ਉਹ ਪੁੱਛਿਆ ਉਹਨਾਂ ਨੂੰ ਪੁੱਛਿਆ ਜਾਣੇ ਹੋਵੇ ਜਿਹੜੇ ਸੰਭਾਲਦੇ ਨੇ ਕਿਹੋ ਜੀਆਂ ਘਟਨਾਵਾਂ ਜਿਹਨ ਕਿਹੋ ਜਿਹੇ ਹਾਲਾਤਾਂ ਦੇ ਵਿੱਚੋਂ ਨਿਕਲਣਾ ਪੈਂਦਾ ਤੁਸੀਂ ਕਿ ਇੱਕ ਦਿਨ ਵੀ ਘਰ ਸੁੰਨਾ ਛੱਡ ਕੇ ਜਾ ਨਹੀਂ ਸਕਦੇ ਨਾਲ ਤੁਸੀਂ ਲੈ ਕੇ ਨਹੀਂ ਜਾ ਸਕਦੇ ਇਹੋ ਜਿਹੇ ਹਾਲਾਤ ਜਦੋਂ ਬਣ ਜਾਂਦੇ ਤੇ ਕਹਿਣਾ ਤਾਂ ਗੱਲਾਂ ਬਹੁਤ ਕਰਨੀਆਂ ਸੌਖੀਆਂ ਨੇ ਕਿ ਤੂੰ ਪੈਨਸ਼ਨ ਲਈ ਇਹਨਾਂ ਨੂੰ ਮਾਪੇ ਨੂੰ ਆਪੇ ਸਾਂਭਦਾ ਹੈ ਜਾਂ ਨਿਆਣੇ ਆਪਣੇ ਪਾਲਣ ਨੂੰ ਸਾਂਭਦਾ ਜਾਂ ਫਿਰ ਆਪਣਾ ਜ਼ਮੀਨੀ ਨੂੰ ਲੈ ਕੇ ਸਾਂਭਦਾ ਤੇ ਦੂਸਰੇ ਪਾਸੇ ਆਪਾਂ ਗੱਲ ਕਰਦੇ ਅੱਜ ਥੋੜੀ ਜਿਹੀ ਜਿਹੜੇ ਕੈਨੇਡਾ ਦੇ ਵਿੱਚ ਹਾਲ ਬਣੇ ਹੋਏ ਨੇ ਕੈਨੇਡਾ ਦੇ ਵਿੱਚ ਲੋਕਾਂ ਨੇ ਵਾਪਸੀ ਕਰਨੀ ਸ਼ੁਰੂ ਕਰ ਦਿੱਤੀ ਕਿਉਂ ਵਾਪਸੀ ਦਾ ਉਹ ਹੀ ਕਰੂਗਾ ਭਾਈ ਜਿਹਦਾ ਪਿੱਛੇ ਚੱਲਦਾ ਜੇ ਦੀ ਗੱਡੀ ਪਿੱਛੇ ਚੱਲਦੀ ਹੈ ਜੇ ਦੀ ਪਿੱਛੇ ਗੱਡੀ ਚੱਲਦੀ ਨਹੀਂ ਉਹ ਵਾਪਸੀ ਕਰਕੇ ਕਰੂਗਾ ਕੀ ਇਹੋ ਜਿਹਾ ਇੱਕ ਨੌਜਵਾਨ ਜਿਹੜਾ ਆਇਲੈਂਡਸ ਵੀ ਵਿੱਚ ਉਹਨੇ ਵਧੀਆ ਨੰਬਰ ਲਾਇਏ ਸੀ ਤੇ ਪੜ੍ਹਿਆ ਲਿਖਿਆ ਹੋਏ ਸੀਗਾ ਤੇ ਕੋਈ ਡਿਗਰੀ ਵੀ ਮਾੜੀ ਮੋਟੀ ਕੀਤੀ ਹੋਊਗੀ ਉੱਥੇ ਜਾ ਕੇ ਜਦੋਂ ਦੇਖਿਆ ਹਾਲਾਤ ਜਦੋਂ ਕੈਨੇਡਾ ਦੇ ਉੱਥੇ ਜਾ ਕੇ ਦੇਖੇ ਤੇ ਹਾਲਾਤ ਕਿਹੋ ਜਿਹੇ ਬਣੇ ਹੋਏ ਨੇ ਤਾਂ ਆਲੇ ਦੁਆਲੇ ਦੇਖਿਆ ਵੀ ਗੱਲ ਸੂਤ ਨਹੀਂ ਆਉਂਦੀ ਚਲੋ ਜਿਹੜਾ ਪੈਸਾ ਲੱਗਿਆ 25-30 ਲੱਖ ਰੁਪਈਆ ਉਹਨੂੰ ਭੁਲਾ ਕੇ ਮੰਨ ਮਾਰਿਆ ਵੀ ਚਲੋ ਪਿੱਛੇ ਨੂੰ ਚਲੀਏ ਪਿੱਛੇ ਨੂੰ ਜਾ ਕੇ ਦੇਖਿਆ ਵੀ ਕਰੀਏ ਕੀ ਉੱਥੇ ਜਾ ਕੇ ਕਿ ਇਸ ਨੇ ਸਲਾਹ ਦਿੱਤੀ ਬਾਬਾ ਬਣ ਜਾ। ਛੋਟੀ ਜੀ ਉਮਰ ਦਾ 23 ਸਾਲ ਦਾ ਇਹ ਨੌਜਵਾਨ ਆ ਤੇ ਸਕੀਮ ਕਿੱਥੋਂ ਆਈ? ਸਕੀਮ ਆਈ ਕਿ ਚੂੜੇ ਵਾਲਾ ਬਾਬਾ। ਦਾੜੀ ਰੱਖੀ ਹੋਊ ਆ। ਛੋਟੀ ਉਮਰ ਦਾ ਨੌਜਵਾਨ ਆ ਤੇ ਹੱਥਾਂ ਦੋਨਾਂ ਹੱਥਾਂ ਦੇ ਵਿੱਚ ਚੂੜਾ ਪਾ ਲਿਆ ਜਿੱਦਾਂ ਨਾਬੀਆ ਬੋਟੀ ਹੁੰਦੀ ਆ। ਡੇਰਾ ਬਣਾ ਲਿਆ ਪਿੰਡ ਦੇ ਵਿੱਚ ਵਧੀਆ ਕੰਮ ਚੱਲਣਾ ਸ਼ੁਰੂ ਹੋ ਗਿਆ ਕਿਉਂਕਿ ਜਦੋਂ ਇਹੋ ਜਿਹਾ ਕੰਮ ਸ਼ੁਰੂ ਕਰਦੇ ਹੁੰਦੇ ਨੇ ਤਾਂ ਕੋਲੋਂ ਥੋੜੀ ਬਹੁਤ ਦੀ ਇਨਵੈਸਟਮੈਂਟ ਕਰਨੀ ਪੈਂਦੀ। ਹੁਣ ਜਦੋਂ ਆ ਫਿਲਮਾਂ ਤੁਸੀਂ ਲਾ ਲਓ ਆ ਜਿਹੜੀਆਂ ਫਿਲਮਾਂ ਹੁਣ ਚੱਲਦੀਆਂ ਨੇ ਇਹ ਉਦੋਂ ਨਹੀਂ ਕਹਿੰਦੇ ਭਈ 800 ਕਰੋੜ ਦੀ ਕਮਾਈ ਹੋ ਗਈ 800 ਕਰੋੜ ਦੀ ਕਮਾਈ ਹੋ ਤੁਹਾਨੂੰ ਨਹੀਂ ਪਤਾ ਜਦੋਂ ਇਹ ਕਹਿੰਦੇ ਹੁਣੇ ਜਦੋਂ ਅੱਗ ਬਾਲਣੀ ਸ਼ੁਰੂ ਕਰਦੇ ਆ ਤੇ ਤੀਲ ਆਪਣੇ ਕੋਲੋਂ ਲਾਉਣੀ ਪੈਂਦੀ ਆ ਜਾਂ ਤੇਲ ਉੱਤੇ ਥੋੜਾ ਜਿਹਾ ਆਪਣੇ ਕੋਲੋਂ ਪਾਉਣਾ ਪੈਂਦਾ ਇਹ ਹੁਣ ਜਿਹੜੀਆਂ ਫਿਲਮਾਂ ਵੀ ਚੱਲਦੀਆਂ ਨੇ ਨਾ 500 ਕਰੋੜ ਦੀ ਕਮਾਈ ਹੋ ਗਈ 300 ਕਰੋੜ ਦੀ ਕਮਾਈ ਹੋ ਗਈ ਜਾਂ 700 ਕਰੋੜ ਦੀ ਕਮਾਈ ਇਹਨਾਂ ਦਾ ਜਿਹੜਾ ਵਿੱਚੋਂ ਪਿਛਲੇ ਅਸਲੀਅਤ ਆ ਉਹ ਕਿਤੇ ਕੱਢ ਕੇ ਦੇਖਿਓ ਕਿ ਜਿਹੜੇ ਇਹਨਾਂ ਦੇ ਪ੍ਰੋਡਿਊਸਰ ਨੇ ਨਾ ਜਾਂ ਜਿਹੜੇ ਐਕਟਰ ਨੇ ਜਿਹੜਾ ਇਹਨਾਂ ਨੂੰ ਬਣਾਉਂਦੇ ਨੇ ਉਹਨਾਂ ਦੀ ਜਿਹੜੀ ਮਿਲੀ ਭੁਗਤ ਦੇ ਨਾਲ ਪਹਿਲੀਆਂ ਪਹਿਲੇ ਜਿਹੜੇ 3-4 ਸ਼ੋਅ ਆ ਉਹਨਾਂ ਨੂੰ ਹਾਊਸਫੁੱਲ ਕਿੱਦਾਂ ਰੱਖਿਆ ਜਾਂਦਾ ਕਿਉਂਕਿ ਲੋਕਾਂ ਦੇ ਵਿੱਚ ਇਹੋ ਜਿਹੀ ਇੰਨੀ ਇੰਨੀ ਉਤਸ਼ਾਹਤਾ ਵੀ ਨਹੀਂ ਹੁੰਦੀ ਵੀ ਜਾ ਕੇ ਪਤਾ ਨਹੀਂ ਕਿਹੜੀ ਉੱਥੇ ਜਿਹੜੀ ਆ ਸੋਨਾ ਉੱਥੇ ਬਣ ਰਿਹਾ ਉੱਥੇ ਜਾ ਕੇ ਅਸੀਂ ਲੈਣਾ ਸਿਨੇਮਾ ਘਰਾਂ ਦੇ ਵਿੱਚੋਂ ਤਾਂ ਉੱਥੇ ਇੱਕ ਕੋਲੋਂ ਇਨਵੈਸਟਮੈਂਟ ਕਰਕੇ 9-9 10-10 ਕਰੋੜ ਰੁਪਏ ਦੀ ਇਨਵੈਸਟਮੈਂਟ ਕਰਕੇ ਫੇ ਇਹ ਸੌਆਂ ਕਰੋੜਾਂ ਦੇ ਉੱਤੇ ਫਿਲਮਾਂ ਜਿਹੜੀਆਂ ਇਹ ਪਾਰ ਕਰਦੀਆਂ ਨੇ ਕਿਉਂਕਿ ਇੱਕ ਇਨਵੈਸਟਮੈਂਟ ਕੋ ਫੇ ਲੋਕਾਂ ਨੂੰ ਹੋ ਜਾਂਦਾ ਵੀ ਜਦੋਂ ਖਬਰਾਂ ਆਉਂਦੀਆਂ ਨੇ ਸੋਸ਼ਲ ਮੀਡੀਆ ਤੇ ਵੀ ਫਲਾਨੀ ਫਿਲਮ ਦਾ ਵੀ ਸ਼ੋਅ ਫੁੱਲ ਜਾ ਰਿਹਾ ਫਲਾਨੀ ਦਾ ਵੀ ਸ਼ੋਅ ਫੁੱਲ ਜਾ ਰਿਹਾ ਇਹ ਸ਼ੋਅ ਫੁੱਲ ਜਾਖਦਾ ਰ ਆ ਰਹੇ ਕਿਉਂਕਿ ਤਿੰਨਾਂ ਦਿਨਾਂ ਤੋਂ ਜਿਹੜੀਆਂ ਟਿਕਟਾਂ ਉਹਨਾਂ ਨੇ ਆਪ ਖਰੀਦ ਕੇ ਜਿਹੜੀਆਂ ਉਹ ਲੋਕਾਂ ਨੂੰ ਕਰਦੇ ਨੇ ਵੀ ਸਾਡੀ ਫਿਲਮ ਜਿਹੜੀ ਬਹੁਤ ਹਟ ਰਹੀ ਆ ਆਪਾਂ ਗੱਲ ਕਰਦੇ ਸੀ ਇਸ ਬਾਬੇ ਦੀ ਬਾਬਾ ਆ ਗਿਆ ਉੱਥੇ ਦੇ ਪਿੰਡ ਦੇ ਵਿੱਚ ਜਦੋਂ ਇਹ ਬਾਬੇ ਨੇ ਕੁਝ ਆਪਣੇ ਜਿਹੜੇ ਪੈਸੇ ਸੀਗੇ ਕੋਲ ਪਿੰਡੋਂ ਮੋਟੀ ਸਾਮੀ ਸੀਗੀ ਦੂਸਰੇ ਕਿਸੇ ਪਿੰਡ ਦੇ ਵਿੱਚ ਜਾ ਕੇ ਡੇਰਾ ਬਣਾ ਲਿਆ ਤੇ ਉੱਥੇ ਜਿਹੜੇ ਆਪਣੇ ਪਚੀਤੀ ਜਿਹੜੇ ਆ ਉਹ ਭਗਤ ਪੈਰੋਕਾਰ ਉਹ ਵੀ ਉਹਦੇ ਤਿਆਰ ਕਰ ਲਿਆ ਤਾਂ ਪਿੰਡਾਂ ਦੇ ਵਿੱਚ ਜਾ ਕੇ ਇਹ ਇਹ ਕਰਨਾ ਸ਼ੁਰੂ ਆ ਫਲਾਣੇ ਦਾ ਬਾਬੇ ਆਏ ਨੇ ਤੇ ਬਾਬੇ ਜੀ ਬਹੁਤ ਚਰਦੀ ਕਲਾ ਵਾਲੇ ਨੇ ਜੀ ਬਾਬੇ ਤੇ ਬਹੁਤ ਜੋ ਮੂੰਹੋਂ ਬੋਲਦੇ ਨੇ ਉਹੋ ਹੀ ਆ ਅਹਨੇ ਬਾਬੇ ਹੈ ਕਿਹੜੇ ਜੀ ਬਾਬਾ ਚੂੜੇ ਵਾਲਾ ਅੱਛਾ ਜੀ ਬਾਬਾ ਚੂੜੇ ਵਾਲਾ ਕਿਹੜਾ ਜਦੋਂ ਬਾਬਾ ਚੂੜੇ ਵਾਲਾ ਦੇਖਿਆ ਤੇ ਬਾਬੇ ਨੇ ਵਾਕਿਆ ਹੀ ਛੋਟੀ ਜੀ ਉਮਰ ਦਾ ਹਜੇ ਮੁੰਡਾ ਹੈ ਮੋਛ ਬਠਾ ਦਾੜੀ ਹਜੇ ਹੁਣ ਹਜੇ ਫੁੱਟੀ ਆ ਤੇ ਦੋਨਾਂ ਬਾਹਾਂ ਦੇ ਵਿੱਚ ਉਹ ਚੂੜਾ ਪਾ ਕੇ ਆਪਣੇ ਡੇਰੇ ਉੱਤੇ ਪੁਛਾਂ ਦੇ ਰਿਹਾ ਤੇ ਜਦੋਂ ਕਹਿੰਦੇ ਫੇ ਇੱਕ ਜੰਗਲ ਦੇ ਵਿੱਚ ਦੋ ਸ਼ੇਰ ਕਿਦਾਂ ਉਹ ਜਦੋਂ ਕਿਤੇ ਆਲੇ-ਦੁਆਲੇ ਹੋਰ ਬਾਬੇ ਸੀਗੇ ਤੇ ਬਾਬੇ ਜਦੋਂ ਉਹ ਕਹਿੰਦੇ ਵੀ ਹਾਂ ਵੀ ਇਹ ਕੀ ਕਿਸ ਹਿਸਾਬ ਕਰਤਾ ਵਿਆ ਕਿਹੜਾ ਚੂੜੇ ਵਾਲਾ ਬਾਬਾ ਜਦੋਂ ਉੱਥੇ ਜਾ ਕੇ ਉਹ ਡੇਰੇ ਤੇ ਗਿਆ ਤੇ ਉਧਰ ਵੀ ਆਪਣੇ ਨਾਲ ਦੇ ਜਿਹੜੇ ਸਾਥੀ ਸੀਗੇ ਉਹ ਵੀ ਲੈ ਕੇ ਗਿਆ ਦੂਸਰੇ ਪਾਸੇ ਉਹਦੇ ਜਿਹੜਾ ਤੁਹਾਨੂੰ ਮੈਂ ਦੱਸਿਆ ਪਹਿਲਾਂ ਹੀ ਉਹਨੇ 15 ਵੀਰ ਇੱਕ ਕੋਸ਼ਿਸ਼ ਕਮ ਸਮਾਂ ਤਾਂ ਕੰਮ ਚੱਲਦਾ ਰਿਹਾ ਜਦੋਂ ਦੇਖਿਆ ਵੀ ਉਧਰਲੇ ਪਾਸੇ ਜਿਹੜਾ ਨਵਾਂ ਕਨੇਡਾ ਤੋਂ ਚੂੜੇ ਵਾਲਾ ਬਾਬਾ ਆਇਆ ਉਹਦੀ ਚੜ੍ਹਾਈ ਜ਼ਿਆਦਾ ਸ਼ੁਰੂ ਹੋ ਗਈ ਆ ਤੇ ਦੂਸਰੇ ਪਾਸੇ ਫੇ ਉਹ ਜਦੋਂ ਕੁੱਟ ਮਾਰਦਾ ਪ੍ਰੋਗਰਾਮ ਆਨਾਲਿਆ ਇਧਰ ਆਪਣੇ 15 ਵੀ ਸਾਥੀ ਲੈ ਕੇ ਉਹ ਡੇਰੇ ਤੇ ਜਾ ਚੜੇ ਇਹ ਵੀ ਤੁਸੀਂ ਖਬਰ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਦੇਖੀ ਹੋਣੀ ਆ ਕਿ ਚੂੜੇ ਵਾਲੇ ਬਾਬੇ ਦੀ ਕੁੱਟਮਾਰ ਕੀਤੀ ਦੂਸਰੇ ਡੇਰੇ ਵਾਲਿਆਂ ਨੇ ਉੱਥੇ ਜਾ ਕੇ ਜਦੋਂ ਉਛੇ ਪੁੱਛਿਆ ਉਹਦੀ ਕੁੱਟਮਾਰ ਕੀਤੀ ਤਾਂ ਫਿਰ ਉਹ ਜਿਹੜਾ ਥਾਣੇ ਗਿਆ ਵੀ ਫਿਰ ਉਹਨਾਂ ਸਾਰੀ ਅਸਲੀਅਤ ਦੱਸੀ ਵੀ ਕਹਾਣੀ ਅਸਲ ਜੇ ਵੇਖੇ ਵਾਪਰੀ ਕੀ ਆ ਉਹਨੇ ਸਾਰਾ ਜਿਹੜੇ ਆਪਣੇ ਪੋਤੜੇ ਫੋਲੇ ਬਿਆਨ ਕੀਤੇ ਵੀ ਮੈਂ ਤਾਂ ਜੀ ਕੈਨੇਡਾ ਗਿਆ ਸੀਗਾ ਉੱਥੇ ਕੰਮ ਕਿਸੇ ਨਾ ਕਿਸੇ ਪਾਸਿਆਂ ਸੂਤ ਨਹੀਂ ਆ ਤੇ ਮੈਂ ਸੋਚਿਆ ਵੀ ਹੁਣ ਕਮਾਈ ਤਾਂ ਹੋਰ ਕਿਸੇ ਪਾਸੇ ਹੈ ਨਹੀਂ ਨੌਕਰੀ ਨਾ ਤਾਂ ਕੈਨੇਡਾ ਦੇ ਵਿੱਚ ਮਿਲਦੀ ਹੈ ਤੇ ਨਾ ਕਿ ਨੌਕਰੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਮਿਲਣ ਦੀ ਸੰਭਾਵਨਾ ਆ ਪੜੇ ਲਿਖੇ ਆ ਕਰੀਏ ਤਾਂ ਕਰੀਏ ਕੀ ਇਹ ਹੀ ਇੱਕ ਸੌਖਾ ਤੇ ਵਧੀਆ ਤਰੀਕਾ ਲੱਭਿਆ ਕਿ ਇੱਕ ਇਹੋ ਜਿਹਾ ਨਵੀਂ ਕੋਈ ਟੈਕਨੋ ਜਿਹੜੀ ਆ ਤਕਨੀਕ ਦੇਖੀ ਜਾਵੇ ਵੀ ਜਿਹੜਾ ਆਲੇ ਦੁਆਲੇ ਹੈ ਨਹੀਂਗਾ ਕਿਉਂਕਿ ਅੱਜਕੱਲ ਤੁਸੀਂ ਡੇਰਿਆਂ ਦੇ ਉੱਤੇ ਖਾਸ ਕਰਕੇ ਦੇਖਣਾ ਕੋਈ ਨਾ ਕੋਈ ਨਵਾਂ ਹੀ ਇੱਕ ਤਰੀਕਾ ਲੱਭਦੇ ਆ ਜਾ ਤਾਂ ਸ਼ਰਾਬ ਦੀ ਬੋਤਲ ਆ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਉਹ ਖੋਲ ਕੇ ਤੁਹਾਡੇ ਸਾਹਮਣੇ ਖੋਲਦਿਆ ਮੂੰਹ ਨੂੰ ਲਾਉਂਦੇ ਆ ਵੀ ਇਹਦੇ ਵਿੱਚ ਮੈਨੂੰ ਨਹੀਂ ਪਤਾ ਲੱਗਦਾ ਇਹਦੇ ਵਿੱਚ ਕਿਹੜੀ ਮਹਾਨ ਗੱਲ ਆ ਕਿਹੜਾ ਲੋਕਾਂ ਨੂੰ ਤੁਸੀਂ ਦੱਸਣਾ ਚਾਹੁੰਦੇ ਤੇ ਕਿ 1 ਲੀਟਰ ਦੀ ਸ਼ਰਾਬ ਦੀ ਬੋਤਲ ਤੁਸੀਂ ਮੂੰਹ ਨੂੰ ਲਾ ਕੇ ਬਿਨਾਂ ਮੂੰਹ ਤੋਂ ਲਾਏ ਉਹ ਜਿਹੜੀ ਪੂਰੀ ਦੀ ਪੂਰੀ ਪੀ ਜਾਂਦੇ ਹੋ ਇਹ ਪਤਾ ਨਹੀਂ ਵੀ ਬਾਬੇ ਇਹ ਕੀ ਲੋਕਾਂ ਨੂੰ ਦੱਸਣਾ ਚਾਹੁੰਦੇ ਨੇ ਕਿਹੜੀ ਇਹ ਇਹ ਜਿਹੜੀ ਇੰਨੀ ਸ਼ਖਸੀਅਤ ਆ ਵੀ ਜਿਹੜੀ 1 ਲੀਟਰ ਦੀ ਸ਼ਰਾਬ ਦੀ ਬੋਤਲ ਆ ਉਹ ਜਿਹੜੀ ਉਹ ਲਗਾਤਾਰ ਪੀ ਜਾਂਦਾ ਜਾਂ ਕੋਈ ਬਾਬਾ ਤੁਸੀਂ ਦੇਖਿਆ ਹੋਣਾ 10 ਦੋਨੇ ਹੀ ਹੱਥਾਂ ਦੇ ਵਿੱਚ ਉਹ 5 10 ਸਿਕਟਾਂ ਫੜ ਕੇ ਉਹ ਇਕੱਠਾ ਲੋਕਾਂ ਨੂੰ ਦਿਖਾ ਰਿਹਾ ਵੀ ਮੈਂ ਧੂਆਂ ਕੱਢ ਰਿਹਾ ਜੀ ਪਤਾ ਨਹੀਂ ਬਾਬੇ ਅੱਜ ਕੱਲ ਲੋਕਾਂ ਨੂੰ ਦੱਸ ਕੀ ਦੱਸਣਾ ਕੀ ਚਾਹੁੰਦੇ ਨੇ ਕੀ ਸਿੱਧ ਕਰਨਾ ਚਾਹੁੰਦੇ ਨੇ ਇਹ ਕਿਹੜੀ ਇਹ ਕਿਹੜਾ ਇੱਕ ਇਹ ਬਹੁਤ ਵਧੀਆ ਇੱਕ ਚੀਜ਼ ਹੈ ਕਿ ਕੋਈ ਆਮ ਬੰਦਾ ਕਰ ਨਹੀਂ ਸਕਦਾ ਕਿ ਬਾਬਿਆਂ ਦੀ ਕਿਸਮਾਂ ਅੱਜ ਇਹ ਹੁੰਦੀਆਂ ਨੇ ਕਿ ਬਾਬੇ ਲਿਪਸਟਿਕਾਂ ਲਾ ਕੇ ਬੁੱਲਾਂ ਉੱਤੇ ਘੁੰਮਦੇ ਨੇ ਕਿ ਬਾਬੇ ਅੱਜ ਕੱਲ ਚੂੜਾ ਪਾ ਕੇ ਘੁੰਮਦੇ ਨੇ ਜਿਹੜਾ ਜਿਹੜਾ ਔਰਤ ਬਾਬਾ ਬਣਦੀ ਆ ਉਹ ਉਹ ਆਪਣੇ ਆਪ ਨੂੰ ਮਰਦੇ ਦੇ ਰੂਪ ਵਿੱਚ ਦਿਖਾਉਣਾ ਚਾਹੁੰਦੀ ਆ ਤੇ ਜਿਹੜਾ ਮਰਦੇ ਆ ਉਹ ਆਪਣੇ ਆਪ ਨੂੰ ਔਰਤ ਦੇ ਰੂਪ ਵਿੱਚ ਦਿਖਾਉਣਾ ਚਾਹੁੰਦਾ ਇਹ ਬਾਬਿਆਂ ਦੀ ਇੱਕ ਟੈਕਨੀਕ ਜਿਹੜੀ ਆ ਉਹ ਤਾਲਮੇਲ ਅੱਜ ਜਿਹੜਾ ਉਹ ਚੱਲ ਰਿਹਾ ਇਹ ਹਾਲਾਤ ਅੱਜ ਸਾਡੇ ਬਣ ਚੁੱਕੇ ਨੇ ਪੰਜਾਬ ਦੇ ਕਮਾਈ ਕਹਿੰਦੇ ਕਿਸੇ ਪਾਸੇ ਹੋਰ ਹੈ ਨਹੀਂ ਲੁੱਟਾਂ ਖੋਹਾਂ ਬਾਧੀਆਂ ਜਾ ਰਹੀਆਂ ਨੇ ਡੇਰੇ ਉੱਤੇ ਇੱਕ ਡੇਰਾ ਆਪਣਾ ਖੋਲ ਲਓ ਤੇ ਉਹਦੇ ਉੱਤੇ ਬਹਿ ਜਾਓ ਰਾਮਨਾ ਤੇ ਉਸੇ ਜਿੰਨੇ ਕੋ ਜੋ ਵੀ ਆਊਗਾ ਕਿਹੜਾ ਕੁਝ ਲੱਗਣਾ ਜਿਹੜਾ ਤੁਸੀਂ ਕੋਈ ਉੱਥੇ ਕੋਈ ਮਠਿਆਈ ਦੀ ਦੁਕਾਨ ਖੋਲੀ ਹੈ ਵੀ ਜੇ ਨਾਂ ਵੀ ਕੀ ਦਾ ਖਰਾਬ ਹੋ ਜਾਣੀਆਂ ਜਿਹੜਾ ਆ ਗਿਆ ਉਹਨੂੰ ਡੰਗ ਦਿਓ ਕੋਈ ਫਰਕ ਨਹੀਂ ਪੈਂਦਾ ਤੇ ਅੱਜ ਕੱਲ ਐਡਾਂ ਵੀ ਅੱਜ ਤੁਸੀਂ ਦੇਖਿਓ ਸੋਸ਼ਲ ਮੀਡੀਆ ਉੱਤੇ ਕਿਹੋ ਜੀਆਂ ਚੱਲਦੀਆਂ ਨੇ ਕਿਹੋ ਜੀਆਂ ਚੱਲ ਰਹੀਆਂ ਨੇ ਐਡਾਂ ਵੀ ਕਿ ਫਲਾਨੇ ਤੋਂ ਆਪਣਾ ਵਸ਼ੀਕਰਨ ਕਰਾਉਣਾ ਆ ਆਪਣਾ ਪੱਕੇ ਤੌਰ ਤੇ ਕੈਨੇਡਾ ਦਾ ਅਮਰੀਕਾ ਦਾ ਵੀਜ਼ਾ ਲਵਾਉਣਾ ਆ ਜਾਂ ਲੈਟਰੀ ਦੇ ਨੰਬਰ ਤੁਸੀਂ ਲੈਣੇ ਆ ਤਾਂ ਸ਼ਰਤੀਆ ਤੇ ਗਾਰੰਟੀ ਵਾਲਾ ਇਲਾਜ ਆ ਤੇ ਗਾਰੰਟੀ ਵਾਲਾ ਇਲਾਜ ਸ਼ਰਤੀਆ ਇਲਾਜ ਇਹ ਆ ਤੁਸੀਂ ਪੈਸੇ ਵੀ ਨਹੀਂ ਦੇਣੇ ਪੈਸੇ ਵੀ ਤੁਸੀਂ ਨਹੀਂ ਦੇਣੇ ਤਾਂ ਪੈਸੇ ਵੀ ਗਾਰੰਟੀ ਕੰਮ ਹੋਣ ਤੋਂ ਬਾਅਦ ਹੁਣ ਜੇ ਜਿਹੜਾ ਬੰਦਾ ਤੁਹਾਨੂੰ ਲੈਟਰੀ ਦੇ ਨੰਬਰ ਦਿੰਦਾ ਆ ਵੀ ਆਹ ਤੁਸੀਂ ਨੰਬਰ ਪਾ ਦਿਓ ਇਹ ਤੁਹਾਡੀ ਲੈਟਰੀ ਉਹ ਬੰਦਾ ਤੁਹਾਨੂੰ ਨੰਬਰ ਕਿਉਂ ਦਿੰਦਾ ਆਪਾਂ ਇਹ ਗੱਲਾਂ ਸੋਚਦੇ ਨਹੀਂ ਪਰ ਕਿਤੇ ਨਾ ਕਿਤੇ ਇਹਨਾਂ ਜਿਹੜੀਆਂ ਤੁਸੀਂ ਇਹ ਐਡਾਂ ਤੁਸੀਂ ਦੇਖਦੇ ਹੋ ਨਾ ਸੋਸ਼ਲ ਮੀਡੀਆ ਦੇ ਉੱਤੇ ਚੱਲਦੀਆਂ ਹੋਈਆਂ ਕਿਤੇ ਨਾ ਕਿਤੇ ਇਹਨਾਂ ਐਡਾਂ ਨੂੰ ਦਿਖਾਉਣ ਦੇ ਲਈ ਐਡਾਂ ਚਲਾਉਣ ਦੇ ਲਈ ਮੋਟੀ ਰਕਮ ਅਦਾ ਕਰਨੀ ਪੈਂਦੀ ਆ ਉਹਨਾਂ ਪੇਜਾਂ ਵਾਲਿਆਂ ਨੂੰ ਤੇ ਉਹਨਾਂ ਪੇਜਾਂ ਉੱਤੇ ਦੇਖ ਕੇ ਲੋਕ ਇਹੋ ਜਿਹੇ ਐਡਾ ਉਹਨਾਂ ਬਾਬਿਆਂ ਨੂੰ ਕਾਲਾਂ ਵੀ ਕਰਦੇ ਨੇ ਤੇ ਬਾਬੇ ਬਿਲਕੁਲ ਉਹੀ ਗੱਲ ਦੱਸਦੇ ਨੇ ਜੋ ਉਹ ਕਹੀ ਹੁੰਦੀ ਹੈ ਕੰਮ ਗਰੰਟੀ ਨਾਲ ਪੈਸੇ ਕਮ ਹੋਣ ਤੋਂ ਬਾਅਦ ਤੇ ਜਦੋਂ ਇੱਕ ਵਾਰੀ ਤੁਸੀਂ ਫੇਰ ਫੋਨ ਲਾਉਣਾ ਸ਼ੁਰੂ ਕਰਦੇ ਨਾ ਤਾਂ ਫੇਰ ਇੱਕ ਵਾਰੀ ਤੁਸੀਂ ਫੋਨ ਲਾਉਣਾ ਹੈ ਨੰਬਰ ਉਹਨਾਂ ਕੋ ਚਲੇ ਗਿਆ ਫੇਰ ਤੁਹਾਨੂੰ ਬਾਬੇ ਆਪਣੇ ਆਪ ਹੀ ਫੋਨ ਸ਼ੁਰੂ ਕਰਨਾ ਸ਼ੁਰੂ ਕਰ ਦਿੰਦੇ ਨੇ ਬਿਲਕੁਲ ਜੀ ਖਿਆਲ ਰੱਖਿਆ ਕਰੋ ਮਾਪਿਆਂ ਦੀ ਸੇਵਾ ਕਰਿਆ ਕਰੋ ਹਮੇਸ਼ਾ ਤੇ ਇਹੋ ਜਿਹੇ ਬਾਬਿਆਂ ਤੋਂ ਬਚ ਕੇ ਰਹੋ ਕਿਉਂਕਿ ਬਾਬੇ ਜੀ ਬੁੱਲਾਂ ਤੇ ਲਿਪਸਟਿਕਾਂ ਲਾ ਕੇ ਵੀ ਬਹੁਤ ਘੁੰਮਦੇ ਨੇ ਤੇ ਚੂੜੇ ਪਾ ਕੇ ਵੀ ਬਹੁਤ ਘੁੰਮਦੇ ਨੇ ਤੇ ਕੰਨਾਂ ਵਿੱਚ ਮੁੰਦਰਾਂ ਪਾ ਕੇ ਵੀ ਬਹੁਤ ਘੁੰਮਦੇ ਨੇ ਬਚ ਕੇ ਰਹੋ ਹਾਲਾਤ ਬਹੁਤ ਮਾੜੇ ਨੇ ਰੱਖਿਓ ਆਪਣਾ ਖਿਆਲ ਸਤਿ ਸ਼੍ਰੀ ਅਕਾਲ